ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੇ ਕੁਝ ਮੁੱਦੇ ਜਿਨ੍ਹਾਂ ਦੇ ਉੱਤੇ ਕੈਨੇਡਾ ਦੇ ਵਿੱਚ ਚਰਚਾ ਚੱਲਦੀ ਰਹੀ ਹੈ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅ ਥੋੜੇ ਜਿਹੇ ਮੁੱਦੇ ਤੁਹਾਡੇ ਨਾਲ ਸਾਂਝੇ ਕਰਨੇ ਆ ਇੱਕ ਮੁੱਦਾ ਸਾਡੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਮਾਸਕ ਨੂੰ ਲੈ ਕੇ ਆ ਕਿ ਬਹੁਤ ਸਾਰੀਆਂ ਫੋਟੋ ਦੇ ਵਿੱਚ ਇੱਕ ਨਿਊਜ਼ ਏਜੰਸੀ ਨੇ ਐਨਾਲਿਸਿਸ ਕੀਤਾ ਵੀ ਕਿੱਥੇ ਮਾਸਕ ਪਾਉਂਦੇ ਆ ਤੇ ਕਿੱਥੇ ਮਾਸਕ ਨਹੀਂ ਪਾਉਂਦੇ। ਉਹਦੇ ਬਾਰੇ ਗੱਲਬਾਤ ਕਰਾਂਗੇ। ਥੋੜੇ ਦਿਨ ਪਹਿਲਾਂ ਗੱਲਬਾਤ ਚੱਲੀ ਸੀ ਕਿ ਐਲਨ ਮਸਕ ਜਿਹੜੇ ਟੈਸਲਾ ਦੇ ਸੀਈਓ ਨੇ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਆ ਤੇ ਉਹ ਡੀਲ ਕਹਿੰਦੇ ਰੁਕ ਗਈ ਆ ਕੀ ਮਾਮਲਾ ਹੋਇਆ ਕਿੱਥੇ ਡੀਲ ਰੁਕ ਗਈ ਆ ਹੁਣ ਲੈਣਗੇ ਅੱਗੇ ਜਾਂ ਨਹੀਂ ਲੈਣਗੇ ਇਹਦੇ ਬਾਰੇ ਗੱਲਬਾਤ ਕਰਾਂਗੇ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਆ ਲੋਕ ਇਲੈਕਟ੍ਰਿਕ ਵਹੀਕਲ ਖਰੀਦਣ ਬਾਰੇ ਸੋਚ ਰਿਹਾ ਪਰ ਇਲੈਕਟ੍ਰਿਕ ਵਹੀਕਲ ਮਿਲ ਨਹੀਂ ਰਹੇ ਮਹਿੰਗਾਈ ਨੇ ਕੈਨੇਡਾ ਵਾਸੀਆਂ ਦਾ ਇੱਕ ਤਰ੍ਹਾਂ ਦੇ ਨਾਲ ਬੁਰਾ ਹਾਲ ਕਰ ਦਿੱਤਾ ਲੋਕ ਆਪਣੇ ਗਰੋਸਰੀ ਕੱਟਣ ਲੱਗ ਪਏ ਆ ਸੋਚਣ ਲੱਗ ਪਏ ਆ ਦਵਾਈਆਂ ਬਾਰੇ ਵੀ ਸੋਚਣ ਲੱਗ ਪ ਅ ਅਮਰੀਕਾ ਦੇ ਵਿੱਚ ਬੇਬੀ ਫਾਰਮੂਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਆਪ ਦਖਲ ਦੇਣਾ ਪਿਆ ਕੈਨੇਡਾ ਦੇ ਵਿੱਚ ਵੀ ਬੇਬੀ ਫਾਰਮੂਲਾ ਨਹੀਂ ਮਿਲ ਰਿਹਾ ਤੇ ਅਮਰੀਕਾ ਦੇ ਵਿੱਚ ਵੀ ਇਹਦਾ ਵੱਡਾ ਸੰਕਟ ਆ ਇਹਦੇ ਬਾਰੇ ਵੀ ਤੁਹਾਨੂੰ ਅਪਡੇਟ ਕਰਾਂਗੇ ਕਿ ਕੀ ਇਸ ਵੇਲੇ ਇਹਦੇ ਬਾਰੇ ਸੂਚਨਾ ਆ ਅ ਇਸੇ ਤਰ੍ਹਾਂ ਹੀ ਜਿਹੜਾ ਇੱਕ ਹੋਰ ਖਬਰ ਆ ਕਿ ਜਿਹੜੇ ਰੈਸਟੋਰੈਂਟਸ ਨੇ ਕੈਨੇਡਾ ਦੇ ਵਿੱਚ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਉਹ ਚਾਹੁੰਦੇ ਆ ਕਿ ਲੋਕ ਇੱਥੇ ਆ ਕੇ ਕੰਮ ਕਰਨ ਪਰ ਲੋਕ ਹੈ ਨਹੀਂਗੇ ਇੱਕ ਖਬਰ ਜਿਹੜੀ ਜਿਹੜੀ ਆ ਰਹੀ ਆ ਰੈ residencial ਸਕੂਲ ਵਾਲਾ ਮਾਮਲਾ ਸੀਗਾ ਉਸ ਤੋਂ ਬਾਅਦ ਚਰਚ ਦੀ ਗੱਲਬਾਤ ਚੱਲੀ ਸੀ ਤੇ ਹੁਣ ਪੋਪ ਇਥੇ ਕੈਨੇਡਾ ਦੇ ਵਿੱਚ ਆ ਰਹੇ ਆ ਉਹ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਯੂਕਰੇਨ ਜੰਦ ਦੇ ਵਿੱਚ ਕਿਹੜੇ ਕਿਹੜੇ ਦੇਸ਼ ਹੋਰ ਨਾਟੋ ਦੇ ਨਾਲ ਜੁੜ ਰਹੇ ਆ ਜਾਂ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਨਾਟੋ ਦੇ ਮੈਂਬਰ ਬਣ ਜਾਣ ਇਹ ਮਾਮਲਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲਾ ਮੁੱਦਾ ਅੱਜ ਪਹਿਲੀ ਗੱਲਬਾਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਬਾਰੇ ਮਾਸਕ ਪਾਉਣਾ ਹੁਣ ਜ਼ਰੂਰੀ ਨਹੀਂ ਰਿਹਾ ਪਰ ਫੇਰ ਵੀ ਕਈ ਥਾਵਾਂ ਦੇ ਉੱਤੇ ਪਾਇਆ ਜਾ ਸਕਦਾ ਲੋਕ ਪਾਉਂਦੇ ਆ ਮਾਨਯੋਗ ਪ੍ਰਧਾਨ ਮੰਤਰੀ ਜਸਟਨ ਟਰੂਡੋ ਕਿਹਾ ਗਿਆ ਕਿ ਕੁਝ ਥਾਵਾਂ ਦੇ ਉੱਤੇ 마ਸਕ ਪਾਉਂਦੇ ਆ ਤੇ ਕੁਝ ਥਾਵਾਂ ਦੇ ਉੱਤੇ 마ਸਕ ਪਾਉਂਦੇ ਨਹੀਂ ਕੈਨੇਡਾ ਦੇ ਵਿੱਚ ਜਦੋਂ ਵੀ ਇਹ ਵਿਚਰਦੇ ਆ ਬਹੁਤ ਸਾਰੀਆਂ ਕਾਨਫਰੰਸਸ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਾਂਦੇ ਆ ਉੱਥੇ ਇਹਨਾਂ ਦੇ 마ਸਕ ਪਾਇਆ ਹੁੰਦਾ ਜਦੋਂ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਉੱਥੇ 마ਸਕ ਪਾਉਂਦੇ ਨਹੀਂ ਇਹਦਾ ਕੀ ਕਾਰਨ ਹੋ ਸਕਦਾ ਗੱਲ ਸੁਧਾਰਨੀ ਹੋਵੇ ਪਰ ਕੁਝ ਜਿਹੜੀਆਂ ਨਿਊਜ਼ ਏਜੰਸੀਜ਼ ਆ ਉਹ ਇਹਦੇ ਉੱਤੇ ਚਰਚਾ ਕਰ ਰਹੀਆਂ ਕਿ 마ਸਕ ਮੈਂਡੇਟ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਕਿ ਫੋਰਨ ਟਾਇਲ ਦੇ ਉੱਤੇ ਸਾਡੇ ਪ੍ਰਧਾਨ ਮੰਤਰੀ 마ਸਕ ਪਾ ਲੈਂਦੇ ਆ 마ਸਕ ਨਹੀਂ ਪਾਉਂਦੇ ਕੈਨੇਡਾ ਦੇ ਵਿੱਚ 마ਸਕ ਪਾ ਕੇ ਰੱਖਦੇ ਆ ਕੁਝ ਉਦਾਹਰਨਾ ਦਿੱਤੀਆਂ ਉਹਨਾਂ ਨੇ ਕਿ 8 ਮਈ ਨੂੰ ਸਾਡੇ ਪ੍ਰਾਈਮ ਮਿਨਿਸਟਰ ਯੂਕਰੇਨ ਗਏ ਆ ਤੇ ਉਹ ਦੇਸ਼ ਜਿੱਥੇ 45% ਅਡਲਟ ਪੋਪੂਲੇਸ਼ਨ ਫੁਲੀ ਵੈਕਸੀਨੇਟਡ ਆ ਰੂਸ ਤੋਂ ਉੱਥੇ ਦਖਲ ਦੇ ਚੁੱਕਾ ਇਸ ਵੇਲੇ ਉੱਥੇ ਇਹਨਾਂ ਨੇ ਜੱਫੀਆਂ ਵੀ ਪਾਈਆਂ ਲੋਕਾਂ ਨੂੰ ਉਹਨਾਂ ਨੂੰ ਮਿਲੇ ਵੀ ਆ ਹੈਂਡਸ਼ੇਕ ਵੀ ਹੋਏ ਆ ਯੂਕਰੇਨੀਅਨ ਅਫੀਸ਼ੀਅਲਸ ਦੇ ਨਾਲ ਇੰਡੋਰ ਕਮਰੇ ਸੀਗੇ ਜਿੱਥੇ ਪ੍ਰੈਸ ਕਾਨਫਰੰਸਾਂ ਹੋਈਆਂ ਇਵੈਂਟ ਹੋਏ ਆ ਬੰਦ ਸਾਰੀਆਂ ক্লোਜ਼ਡ ਸਪੇਸਿਸ ਦੇ ਵਿੱਚ ਤੇ ਮਾਸਕ ਇਹਨਾਂ ਨੇ ਉੱਥੇ ਨਹੀਂ ਪਾਇਆ ਹਾਲਾਂਕਿ ਜ਼ਰੂਰੀ ਨਹੀਂ ਫੇਰ ਇੱਥੇ ਗੱਲ ਦੱਸਣ ਯੋਗ ਆ ਪਰ ਇੱਕ ਆਬਜ਼ਰਵੇਸ਼ਨ ਆ ਲੋਕਾਂ ਦੀ ਕਿ ਉੱਥੇ ਪ੍ਰਧਾਨ ਮੰਤਰੀ ਮਾਸਕ ਨਹੀਂ ਪਾ ਰਿਹਾ ਉਹਦੇ ਤੋਂ ਪਹਿਲਾਂ 2 ਦਿਨ ਪਹਿਲਾਂ ਦੀ ਖਬਰ ਦੇਖੋ ਤੁਸੀਂ 2 ਦਿਨ ਪਹਿਲਾਂ ਜਸਟਨ ਟੂਡੋ ਹਮਿਲਟਨ ਦੇ ਵਿੱਚ ਸੀਗੇ ਅਨਟਰੀਓ ਦੇ ਵਿੱਚ ਇੱਕ ਜਿਹੜੇ ਅਫਗਾਨ ਰਿਫਿਊਜੀ ਆ ਉਹਨਾਂ ਦੇ ਸਬੰਧ ਵਿੱਚ ਉੱਥੇ ਗਏ ਸੀ ਹੁਣ ਹਮਿਲਟਨ ਦੇ ਵਿੱਚ ਕੀ ਆ ਕਿ ਜਿਵੇਂ 12 ਅਨਟੈਰੀਓ ਦੇ ਵਿੱਚ ਜਿਹੜੇ ਇੱਥੇ ਨੇ 12 ਸਾਲ ਤੋਂ ਉੱਤੇ 84% ਲੋਕ ਫੁੱਲੀ ਵੈਕਸੀਨੇਟਡ ਨੇ ਤੇ ਜਦੋਂ ਜਸਨ ਟਰੂਡੋ ਉੱਥੇ ਗਏ ਆ ਤੇ ਉੱਥੇ ਜਿਹੜਾ ਡਾਟਾ ਸ਼ਟ ਦਾ ਦੱਸਦਾ ਹੈ ਕਿ ਜਿਹੜੇ ਹੌਸਪਿਟਲਾਈਜੇਸ਼ਨ ਆ ਉਹ ਵੀ ਘਟ ਚੁੱਕੀ ਆ ਤੀਜੀ ਡੋਜ਼ ਵੀ ਲੋਕਾਂ ਦੇ ਲੱਗ ਚੁੱਕੀ ਆ ਇਨਫੈਕਸ਼ਨ ਵੀ ਉੱਥੇ ਬਹੁਤ ਘਟ ਆ ਇਹ ਸਾਰੇ ਕੁਝ ਦੇ ਬਾਵਜੂਦ ਜਸਨ ਟਰੂਡੋ ਨੇ ਇੱਥੇ ਮਾਸਕ ਪਾਇਆ ਭਾਵੇਂ N95 ਮਾਸਕ ਨਹੀਂ ਪਾਇਆ ਸਧਾਰਨ ਮਾਸਕ ਜਿਹੜਾ ਸਰਜਿਕਲ ਮਾਸਕ ਆ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਕਹਿੰਦੀ ਆ ਤੇ ਉਹਦੇ ਬਾਰੇ ਵੀ ਬਹੁਤ سارے ਕੁਐਸਚਨ ਚੱਲਦੇ ਆ ਵੀ ਸਰਜਿਕਲ ਮਾਸਕ ਕਿੰਨਾ ਕੰਮ ਕਰਦਾ ਪਰ ਧਿਆਨ ਜਿਹੜੀ ਨੋਟ ਕਰਨ ਵਾਲੀ ਗੱਲ ਇਹ ਆ ਕਿ ਸਾਡੇ ਪ੍ਰਧਾਨ ਮੰਤਰੀ ਉੱਥੇ ਮਾਸਕ ਪਾ ਕੇ ਜਾਂਦੇ ਆ ਤੇ ਇਹ ਕਿ ਉੱਥੇ ਮਾਸਕ ਉਹਨਾਂ ਨੇ ਪਾਇਆ ਤੇ ਫਿਰ ਜਦੋਂ ਯੂਕਰੇਨ ਦੇ ਵਿੱਚ ਜਾਂਦੇ ਆ ਉੱਥੇ ਮਾਸਕ ਕਿਉਂ ਨਹੀਂ ਪਾਇਆ ਹੁਣ ਇਹਦੇ ਤੋਂ ਬਾਅਦ ਜਦੋਂ ਅਸੀਂ ਦੇਖਦੇ ਆ ਕਿ ਹੋਰ ਥਾਵਾਂ ਦੇ ਉੱਤੇ ਜਦੋਂ ਅਕਤੂਬਰ 2021 ਦੇ ਵਿੱਚ ਉਹਨਾਂ ਨੇ ਮਾਸਕ ਤੋਂ ਬਿਨਾਂ ਇਹਨਾਂ ਦੀ ਫੋਟੋ ਆਈ ਸੀ ਨੀਦਰਲੈਂਡ ਦੇ ਵਿੱਚ ਜਿੱਥੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਮਾਰਕ ਰੂਟ ਸੀਗੇ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੀ ਉਹਦੇ ਤੋਂ 1 ਮਹੀਨਾ ਬਾਅਦ ਫੇਰ ਇਹਨਾਂ ਦੀ ਫੋਟੋ ਆਈ ਸੀ ਜਸਨ ਟਰੂਡੋ ਹੋਣਾ ਦੀ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਮਾਸਕ ਪਾਇਆ ਸੀ ਰੈਡੀਓ ਹਾਲ ਦੇ ਵਿੱਚ ਜਿਹੜੀ ਸੈਰਮਨੀ ਤੋਂ ਪਹਿਲਾਂ ਸਵਿアリング ਸੈਰਮਨੀ ਤੋਂ ਪਹਿਲਾਂ ਹੁਣ ਇਹ ਕਿੱਥੇ ਮਾਸਕ ਪਾਉਣਾ ਹੈ ਕਿ ਕਿੱਥੇ ਮਾਸਕ ਨਹੀਂ ਪਾਉਣਾ ਜਦਕਿ ਇੱਥੇ ਕੇਸ ਘੱਟ ਸੀਗੇ ਨੀਦਰਲੈਂਡ ਦੇ ਵਿੱਚ ਜ਼ਿਆਦਾ ਸੀ ਉੱਥੇ ਮਾਸਕ ਨਹੀਂ ਪਾਇਆ ਇੱਥੇ ਮਾਸਕ ਪਾ ਲਿਆ ਮਾਰਚ ਦੇ ਵਿੱਚ ਜਸਨ ਟਰੂਡੋ ਜਦੋਂ ਮਿਲ ਰਹੇ ਸੀਗੇ ਇਹ ਕੁਈਨ ਐਲਿਜ਼ਾਬੈਥ 2 ਨੂੰ ਜਦੋਂ ਉੱਥੇ ਗਏ ਆ ਜਾ ਕੇ ਇਹ ਮਿਲੇ ਆ ਤੇ ਇਹਨਾਂ ਨੇ ਉਹ ਨਾਲ ਹੈਂਡਸ਼ੇਕ ਕਰਨੀ ਫੋਟੋ ਸਾਹਮਣੇ ਆਈਆਂ ਸੀ ਮਾਸਕ ਨਹੀਂ ਪਾਇਆ ਉੱਥੇ ਇੱਕ ਮਹੀਨੇ ਬਾਅਦ ਅਨਟੇਰੀਓ ਦੇ ਵਿੱਚ ਕਿਚਨਰ ਦੇ ਵਿੱਚ ਇਹ ਜਿਹੜਾ ਸੀਗਾ ਫੈਡਰਲ ਬਜਟ ਉਹਦੇ ਮਾਮਲੇ ਦੇ ਵਿੱਚ ਗਏ ਆ ਤੇ ਉੱਥੇ ਇਹਨਾਂ ਨੇ ਆਊਟਡੋਰ ਗੈਦਰਿੰਗ ਦੇ ਵਿੱਚ ਵੀ ਮਾਸਕ ਪਾਇਆ ਸੀ 24 April ਨੂੰ ਇੱਕ ਫੋਟੋ ਜਸਟਨ ਟਰੂਡੋ ਨੇ ਆਪ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਸੀ ਇਹਨਾਂ ਦੀ ਵਾਈਫ ਸੋਫੀਆ ਟਰੂਡੋ ਉਹਨਾਂ ਦਾ ਬਰਥ ਉਹਦੇ ਬਰਥਡੇ ਦੇ ਉੱਤੇ ਇਹ ਫੋਟੋ ਸੀਗੀ ਦੋਵੇਂ ਇੱਕ ਪੀਂਗ ਦੇ ਵਿੱਚ ਬੈਠੇ ਪੀਂਗ ਦੇ ਉਹ ਝੂਟ ਰਹੇ ਆ ਦੋਵਾਂ ਨੇ ਮਾਸਕ ਪਾਏ ਆ ਹੁਣ ਜਿਹੜੇ ਨਿਊਜ਼ ਏਜੰਸੀਆਂ ਸਵਾਲ ਇਹ ਕਰ ਰਹੀ ਆ ਕਿ ਦੋਵੇਂ ਇਹ ਮਾਸਕ ਉੱਥੇ ਸਵਿੰਗ ਦੇ ਵਿੱਚ ਬੈਠੇ ਆ ਇੱਕ ਮੈਰਿਡ ਕਪਲ ਆ ਸੇਮ ਹਾਊਸਹੋਲਡ ਦੇ ਵਿੱਚ ਰਹਿੰਦੇ ਆ ਤੇ ਜਿਹੜੀ ਸਾਰੀ ਪੰਡੈਮਿਕ ਇਹਨਾਂ ਨੇ ਉਸੇ ਬੱਬਲ ਦੇ ਵਿੱਚ ਕੱਢੀ ਆ ਤੇ ਇਹਦਾ ਕੀ ਕਾਰਨ ਆ ਕਿ ਇਹ ਇਹ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਇਹ ਕੋਈ ਸਧਾਰਨ ਹੀ ਗੱਲਬਾਤ ਆ ਕੁਦਰਤੀ ਇਤਫਾਕ ਨੇ ਹੋ ਰਿਹਾ ਜਾਂ ਇਹਦੇ ਇਹਦੇ ਪਿੱਛੇ ਕੋਈ ਕਾਰਨ ਆ ਹੁਣ ਬਜਟ ਦੇ ਵੇਲੇ ਜਿਹੜੇ ਹੋਰ ਬਾਕੀ ਸਾਰਾ ਖੁਸ਼ ਆਇਆ ਸੀ ਐਸ ਵੇਲੇ ਜਦੋਂ ਇੱਕ ਪੂਰੇ ਦਾ ਪੂਰਾ 에어 ਟ੍ਰੈਵਲ ਬਹੁਤ ਸਮਾਂ ਬੰਦ ਰਿਹਾ ਆ ਜਦੋਂ ਜਿਹੜਾ ਪ੍ਰੂਫ ਦਿਖਾਉਣਾ ਪੈਂਦਾ ਤੁਹਾਨੂੰ ਉਹ ਸਾਰੀਆਂ ਅਨਵੈਕਸੀਨੇਟਡ ਟ੍ਰੈਵਲਿੰਗ ਕਰ ਸਕਦੇ ਉਹਦੇ ਤੋਂ ਬਾਅਦ ਹੁਣ ਇਹ ਜਿਹੜਾ ਸਮਾਂ ਆਇਆ ਜਦੋਂ 마ਸਕ ਦੀ ਲੋੜ ਨਹੀਂ ਆ ਕੀ ਇਹ ਇਤਫਾਕ ਨਾ ਕਿ ਸਾਡੇ ਪ੍ਰਧਾਨ ਮੰਤਰੀ ਬਾਹਰਲੇ ਦੇਸ਼ ਵਿੱਚ ਜਾ ਕੇ ਜਿੱਥੇ ਕਿ ਵੈਕਸੀਨੇਸ਼ਨ ਘੱਟ ਹੁੰਦੀ ਆ ਤੇ ਕੋਵਿਡ ਦੇ ਕੇਸ ਜ਼ਿਆਦਾ ਹੁੰਦੇ ਉੱਥੇ 마ਸਕ ਨਹੀਂ ਪਾਉਂਦੇ ਕੈਨੇਡਾ ਦੇ ਵਿੱਚ ਆ ਕੇ 마ਸਕ ਪਾ ਲਿੰਦੇ ਆ ਇਹਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਟਵਿੱਟਰ ਦੇ ਬਾਰੇ ਕੁਝ ਦਿਨਾਂ ਤੋਂ ਗੱਲਬਾਤ ਚੱਲਦੀ ਆ ਰਹੀ ਆ ਸੋਸ਼ਲ ਮੀਡੀਆ ਇੱਕ ਨੈਟਵਰਕਿੰਗ ਜਿਹੜੀ ਸੋਸ਼ਲ ਨੈਟਵਰਕਿੰਗ ਸਰਵਿਸ ਹੈ ਇਹ ਮਾਈਕਰ ਬਲੌਗਿੰਗ ਜਿਹਦੇ ਵਿੱਚ ਯੂਜ਼ਰ ਆਪਣੇ ਪੋਸਟ ਕਰਦੇ ਆ ਮੈਸੇजेस ਵਗੈਰਾ ਜਿਹਨੂੰ ਟਵੀਟ ਕਹਿੰਦੇ ਆ ਰਜਿਸਟਰਡ ਯੂਜ਼ਰ ਹੁੰਦੇ ਆ ਉਹ ਪੋਸਟ ਕਰ ਸਕਦੇ ਲਾਈਕ ਕਰ ਸਕਦੇ ਰੀਟਵੀਟ ਕਰ ਸਕਦੇ ਆ ਤਰ੍ਹਾਂ ਤਰ੍ਹਾਂ ਦੀ ਇਹਦੇ ਉੱਤੇ ਐਕਟੀਵਿਟੀ ਜਿਦਾ ਬਾਕੀ ਸੋਸ਼ਲ ਮੀਡੀਆ ਸਾਈਟਸ ਨੇ ਉਹਦੇ ਵਾਂਗੂ ਇਹਦੇ ਉੱਤੇ ਹੁੰਦੀਆਂ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੈ ਇਹਦੀ ਯੂਜ਼ਰ ਬਹੁਤ ਜ਼ਿਆਦਾ ਨੇ ਤੇ ਸਭ ਤੋਂ ਵੱਧ ਅਸਰ ਇਹਦਾ ਪਾਇਆ ਜਾ ਰਿਹਾ ਤੇ ਇਹਦੇ ਉੱਤੋਂ ਜਦੋਂ ਪਿਛਲੇ ਸਾਲ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਉਸ ਵੇਲੇ ਦੇ ਜਿਹੜੇ ਡੋਨਲਡ ਟਰੰਪ ਨੂੰ ਇਹਦੇ ਤੋਂ ਬੰਦ ਕੀਤਾ ਗਿਆ ਸੀ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਸੀ ਤਾਂ ਟਵਿੱਟਰ ਹੋਰ ਵੀ ਚਰਚਾ ਦੇ ਵਿੱਚ ਆ ਗਿਆ ਸੀ। ਉਹਦੇ ਤੋਂ ਬਾਅਦ ਫਿਰ ਲੰਬੀ ਗੱਲਬਾਤ ਚੱਲੀ ਐਲਨ ਮਸਕ ਸੀ, ਈਓ ਟੈਸਲਾ ਦੇ ਜਿਹੜੇ ਇਲੈਕਟ੍ਰਿਕ ਵਹੀਕਲ ਆ ਉਹਨਾਂ ਦੇ ਸੀਈਓ ਉਹਨਾਂ ਨੇ ਕਹਿ ਸੀ ਵੀ ਇਹ ਖਰੀਦਣਾ ਹੈ ਤੇ ਫਿਰ ਹੌਲੀ-ਹੌਲੀ ਉਹਨਾਂ ਨੇ ਖਰੀਦ ਲਿਆ। ਉਹਦੇ ਉੱਤੇ 44 ਬਿਲੀਅਨ ਦੇ ਵਿੱਚ ਜਿਹੜੀ ਡੀਲ ਹੋਈ ਉਹਦੀ ਬਹੁਤ ਵੱਡੀ ਚਰਚਾ ਚੱਲੀ। 25 April 2022 ਨੂੰ ਟਵਿੱਟਰ ਬੋਰਡ ਆਫ ਡਾਇਰੈਕਟਰਸ ਇਸ ਗੱਲ ਦੇ ਉੱਤੇ ਸਹਿਮਤ ਹੋ ਗਏ ਸੀ ਕਿ 44 ਬਿਲੀਅਨ ਡਾਲਰ ਦੇ ਵਿੱਚ ਐਲਨ ਮਸਕ ਨੂੰ ਇਹ ਵੇਚ ਦੇਣਾ ਜਿਹੜਾ ਕਿ ਸੀਈਓ ਆ ਸਪੇਸ ਐਕਸ ਦਾ ਟੈ ਇਸ ਗੱਲ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਐਲਨ ਮਸਕ ਨੇ ਇਹ ਟਵੀਟ ਕੀਤਾ ਆ 44 ਬਿਲੀਅਨ ਡਾਲਰ ਦੇ ਜਿਹੜਾ ਟੇਕਓਵਰ ਟਵਿੱਟਰ ਇਨਕੋਰਪੋਰੇਸ਼ਨ ਦੇ ਮਾਮਲੇ ਦੇ ਵਿੱਚ ਕਿ ਇਹਨੂੰ ਵਕਤੀ ਤੌਰ ਦੇ ਉੱਤੇ ਇਸ ਡੀਲ ਨੂੰ ਹੋਲਡ ਤੇ ਪਾਇਆ ਆ ਭਾਵ ਇਹਨੂੰ ਰੋਕ ਲਿਆ ਡੀਲ ਹੁਣ ਪਤਾ ਨਹੀਂ ਇਹ ਪੱਕਾ ਰੁਕਦੀ ਆ ਜਾਂ ਕੀ ਮਾਮਲਾ ਆ ਪਰ ਇੱਕ ਵਾਰੀ ਜਿਹੜੀ ਦੁਨੀਆ ਆ ਉਹਦੇ ਨਾਲ ਫੇਰ ਹਿੱਲ ਗਈ ਆ ਧਿਆਨ ਇਧਰਲੇ ਪਾਸੇ ਗਿਆ ਕਿ ਹੁਣ ਕੀ ਲੱਗਾ ਕਿਉਂਕਿ ਉਹਦਾ ਕਾਰਨ ਇਹ ਦੱਸਿਆ ਗਿਆ ਕਿ ਟਵਿੱਟਰ ਦੇ ਉੱਤੇ ਜਿਹੜੇ ਫੇਕ ਅਕਾਊਂਟ ਕਿੰਨੇ ਆ ਉਦਾ ਪ੍ਰੋਪੋਰਸ਼ਨ ਕਿੰਨਾ ਆ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਇਸ ਵੇਲੇ ਇਹ ਨਾਂ ਆ ਟਵਿੱਟਰ ਤੇ ਇਹਦੇ ਉੱਤੇ ਜਿਹੜੇ ਜਿਹੜੇ ਸਪੈਮ ਨੇ ਜਾਂ ਫਾਲਸ ਅਕਾਊਂਟਸ ਨੇ ਉਹ ਪਹਿਲੇ ਕੁਆਟਰ ਦੇ ਵਿੱਚ 2022 ਦੇ ਵਿੱਚ ਦੱਸ ਦੇ ਸੀ ਕਿ 5% ਤੋਂ ਘਟ ਨੇ ਜਿਹੜੇ ਡੇਲੀ ਐਕਟਿਵ ਯੂਜ਼ਰਸ ਨੇ ਹੁਣ ਕਹਿੰਦੇ ਸਟੇਟਮੈਂਟ ਜਿਹੜੀ ਉਹਦੇ ਵਿੱਚ ਆਈ ਆ ਕਿ ਜਿਹੜੀ ਟਵਿੱਟਰ ਦੇ ਨਾਲ ਲਾਸਟ ਮੰਥ ਡੀਲ ਹੋਈ ਆ ਉਹਦੇ ਵਿੱਚ ਸਵੈਮ ਬੋਟਸ ਜਾਂ ਇਹਨਾਂ ਦੇ ਕਿੰਨੇ ਕੁ ਆਥੈਂਟੀਕੇਟ ਹਿਊਮਨ ਬੀਇੰਗਸ ਨੇ ਉੱਥੇ ਇਨੋਂ ਲੈ ਕਿਉਂਕਿ ਬਹੁਤ ਸਾਰੇ ਅਕਾਊਂਟ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਟੋਮੇਟਿਡ ਬਣੇ ਹੁੰਦੇ ਆ ਜਿਹੜੇ ਆਪਣੇ ਆਪ ਚੱਲਦੇ ਆ ਆਪਣੇ ਆਪ ਰਿਸਪੌਂਡ ਕਰੀ ਜਾਂਦੇ ਆ ਰਿਪਲਾਈ ਕਰੀ ਜਾਂਦੇ ਆ ਰੀਟਵੀਟ ਕਰੀ ਜਾਂਦੇ ਆ ਕੁਝ ਚੀਜ਼ਾਂ ਤਾਂ ਜਾਇਜ਼ ਹੁੰਦੀਆਂ ਜਿਨ੍ਹਾਂ ਦੇ ਉੱਤੇ ਚੱਲਦੀਆਂ ਪਰ ਕੁਝ ਚੀਜ਼ਾਂ ਨੂੰ ਇਹਦੇ ਉੱਤੇ ਟੋਲਰੇਟ ਨਹੀਂ ਕੀਤਾ ਜਾਂਦਾ ਉਹ ਇੱਕ ਇਸ਼ੂ ਐਸ ਵੀ ਲਈ ਟਵਿੱਟਰ ਦੇ ਮਾਮਲੇ ਦੇ ਵਿੱਚ ਬਣ ਗਿਆ ਕਿ ਕੀ ਇਹ ਜਿਹੜੇ ਹੈਗੇ ਆ ਆਟੋਮੇਟਿਡ ਅਕਾਊਂਟਸ ਨੇ ਇਹਨਾਂ ਦਾ ਕੀ ਕੀਤਾ ਕੀ ਜਾਣਾ ਤੇ ਸਭ ਤੋਂ ਵੱਡੀ ਗੱਲ ਵੀ ਇਹ ਹੈ ਕਿੰਨੇ ਬਹੁਤ ਸਾਰੇ ਗੁੱਡ ਬੋਟਸ ਦੇ ਵਿੱਚ ਆਉਂਦੇ ਆ ਜਿਵੇਂ ਜਿਹੜੇ ਜਿਹੜੇ 셀ਫ ਕੇਅਰ ਰਿਮਾਈਂਡਰ ਦੇ ਟਵੀਟਸ ਹੁੰਦੇ ਆ ਪਰ ਇਹਦੇ ਨਾਲ ਨਾਲ ਜਿਹੜੇ ਆਪਣੇ ਆਪ ਚਲਦੇ ਆ ਉਹਦੇ ਨਾਲ ਬਹੁਤ ਸਾਰੀਆਂ ਡਾਊਟਸ ਖੜੀਆਂ ਹੁੰਦੀਆਂ ਹੁਣ ਇੱਕ ਪਾਸੇ ਤੇ ਇਹ ਸਪੈਮ ਜਾਂ ਫੇਕ ਅਕਾਊਂਟ ਸਬਟਰ ਦੇ ਉੱਤੇ ਕਿੰਨੇ ਨੇ ਉਹਦਾ ਮਾਮਲਾ ਚੱਲ ਰਿਹਾ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਦੇ ਕੋਲੋਂ ਜਾਂ ਜਿਨ੍ਹਾਂ ਪਾਰਟਨਰਸ ਦੇ ਕੋਲੋਂ ਐਲਨ ਮਸਕ ਨੇ ਉਹ ਪੈਸੇ ਲੈਣੇ ਆ ਜਿਹੜੇ 44 ਬਿਲੀਅਨ ਡਾਲਰ ਉਹਨਾਂ ਦੇ ਨਾਲ ਵੀ ਕਹਿੰਦੇ ਇੱਕ ਵਾਰੀ ਗੱਲਬਾਤ ਚੱਲ ਰਹੀ ਆ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਵੱਡੀ ਅਮਾਉਂਟ ਆ ਉਹ ਕੁਝ ਲੋਕਾਂ ਦੇ ਕੋਲੋਂ ਆਉਣੀ ਆ ਜਿਹੜੇ ਫਾਈਨੈਂਸ ਜਿਨ੍ਹਾਂ ਨੇ ਕਰਨਾ ਆ ਉਸ ਮਾਮਲੇ ਦੇ ਵਿੱਚ ਵੀ ਕੁਝ ਨਾ ਕੁਝ ਕਹਿੰਦੇ ਗੱਲਬਾਤ ਸਾਹਮਣੇ ਆਈ ਆ ਤੇ ਵੱਡਾ ਸਵਾਲ ਇਸ ਵੇਲੇ ਇਹ ਪੈਦਾ ਹੋ ਰਿਹਾ ਕਿ ਉਹ ਜਿਹੜੇ ਇਹਨਾਂ ਦੇ ਇਨਵੈਸਟਰ ਨੇ ਉਹ ਕਿੰਨੀ ਇਕਵਿਟੀ ਰੇਜ਼ ਕਰ ਸਕਦੇ ਆ ਜਿਹੜੇ ਇਹਨਾਂ ਨੂੰ ਫਾਈਨੈਂਸ ਕਰ ਰਹੇ ਆ ਤੇ ਉਹਦੇ ਤੋਂ ਬਾਅਦ ਫਿਰ ਕਿਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਇਹਦੇ ਚੋਂ ਬਾਹਰ ਕੱਢਿਆ ਜਾਂਦਾ ਐਸ ਵੇਲੇ ਜਿਹੜਾ ਇਹ ਦੱਸਿਆ ਗਿਆ ਕਿ 1.7 ਬਿਲੀਅਨ ਇਕਵਿਟੀ ਜਿਹੜੀ ਕਮਿਟਮੈਂਟਸ ਹੈਗੀਆਂ ਇਨਵੈਸਟਰ ਉਹ ਉਹਨਾਂ ਦੇ ਵਿੱਚ ਤਿੰਨ ਚਾਰ ਵੱਡੇ ਨਾਂ ਲੈਰੀ ਐਲਸਨ ਸਕਾਇਰ ਕੈਪੀਟਲ ਕੁਆਰਟ ਹੋਲਡਿੰਗ ਤੇ ਸਾਊਦੀ ਪ੍ਰਿੰਸ ਜਿਹੜੇ ਨੇ ਬਿੰਤ ਤਾਲਲ ﺍﻟवीਦ ਬਿੰਤ ਤਾਲਲ ਉਹ ਇਹਦੇ ਵਿੱਚ ਵੱਡੇ ਲੋਕ ਹੈਗੇ ਨੇ ਜਿਹੜੇ 7.1 ਬਿਲੀਅਨ ਇਕਵਿਟੀ ਦੀ ਕਮਿਟਮੈਂਟ ਉਹਨਾਂ ਨੇ ਕੀਤੀ ਆ ਐਲਨ ਮਸਕ ਕਹਿ ਰਹੇ ਕਿ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨੀ ਆ ਤੇ ਇਸ ਚੀਜ਼ ਨੇ ਇਕੋ ਰਿਫੇਅਰਸ ਵਾਲੀ ਨਿਸ਼ਾਨ ਲਾ ਦਿੱਤਾ ਕਿ ਡੀਲ ਸਿਰੇ ਚੜਦੀ ਆ ਰੁਕ ਜਾਂਦੀ ਆ ਹਾਲਾਂਕਿ ਅ ਐਲਨ ਮਸਕ ਨੇ ਇਹ ਕਹਿ ਦਿੱਤਾ ਕਿ ਇਹ ਖਰੀਦ ਰਹੇ ਅਸੀਂ ਇਹ ਗੱਲ ਪੱਕੀ ਆ ਇੱਕ ਟੈਂਪਰੇਰੀ ਹੋਲਡ ਆ ਪਰ ਇਸ ਹੋਲਡ ਦੇ ਨਾਲ ਹੀ ਪੂਰੀ ਦੁਨੀਆ ਦੀ ਸਟਾਕ ਮਾਰਕੀਟ ਦੇ ਉੱਤੇ ਟਵਿੱਟਰ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਅਗਲੀ ਖਬਰ ਦੋਸਤੋ ਗੈਸ ਦੀਆਂ ਕੀਮਤਾਂ ਬਾਰੇ ਮੈਟਰੋ ਵੈਨਕੂਵਰ ਦੇ ਵਿੱਚ ਆਪਾਂ ਬਹੁਤ ਵਾਰੀ ਗਲਬਤ ਕਰ ਚੁੱਕੇ ਹਾਂ ਸ਼ਾਇਦ ਹੀ ਕੋਈ ਦਿਨ ਇਦਾਂ ਦਾ ਜਾਂਦਾ ਜਦੋਂ ਅਖਬਾਰਾਂ ਦੇ ਵਿੱਚ ਇਹ ਖਬਰ ਨਹੀਂ ਛੱਡੀ ਕਿ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਬਹੁਤ ਨੇ ਹੁਣ ਗੈਸ ਦੀਆਂ ਕੀਮਤਾਂ ਨੂੰ ਘੱਟ ਕਿਦਾਂ ਕੀਤਾ ਜਾ ਸਕਦਾ ਮਾਮਲਾ ਕਹਿੰਦੇ ਬੜਾ ਸਿੱਧਾ ਸਿੱਧਾ ਆ ਕਿ ਸਪਲਾਈ ਜਿਹੜੀ ਡਿਮਾਂਡ ਦਾ ਇਸ਼ੂ ਆ ਤੁਸੀਂ ਡਿਮਾਂਡ ਘਟਾ ਦਿਓ ਡਿਮਾਂਡ ਘਟਾਉਣ ਦੇ ਤਰੀਕੇ ਇਹ ਵੀ ਜਾਂਤ ਵਰਤੋਂ ਘੱਟ ਕਰ ਦਿਓ ਕੁਝ ਹੱਦ ਤੱਕ ਵਰਤੋਂ ਘੱਟ ਕੀਤੀ ਜਾ ਸਕਦੀ ਹੈ ਪਰ ਵਰਤੋਂ ਪੱਕੀ ਘਟਾਈ ਨਹੀਂ ਜਾ ਸਕਦੀ ਤੇ ਉਹਦਾ ਲੌਂਗ ਟਰਮ ਸੋਲੂਸ਼ਨ ਇਹ ਦੱਸਿਆ ਜਾ ਰਿਹਾ ਕਿ ਸਾਰੇ ਵਹੀਕਲ ਇਲੈਕ ਕਿ ਜਿਹੜੀਆਂ ਇਹ ਚਾਰਜ ਕਰਨ ਵਾਲੀਆਂ ਕਾਰਾਂ ਇਹ ਲੋਕਾਂ ਦੇ ਕੋਲ ਹੋਣ ਜਦੋਂ ਇਹ ਹੋ ਗਈਆਂ ਤੇ ਫਿਰ ਭਾਵੇਂ ਕਿਤੇ ਲੜਾਈ ਲੱਗਦੀ ਆ ਕਿਤੇ ਅਸਰ ਪੈਂਦਾ ਉਹ ਤੇਲ ਦਾ ਅਸਰ ਦੁਨੀਆ ਦੇ ਉੱਤੇ ਪੈਣਾ ਹੀ ਕੋਈ ਨਹੀਂ ਤੇ ਹੁਣ ਮਾਮਲਾ ਲੋਕ ਇਲੈਕਟ੍ਰਿਕ ਵਹੀਕਲ ਖਰੀਦਣਾ ਚਾਹੁੰਦੇ ਆ ਦੂਜੇ ਪਾਸੇ ਵੱਡੀ ਸਮੱਸਿਆ ਇਹ ਆ ਰਿਹਾ ਮਿਲ ਨਹੀਂ ਰਿਹਾ ਸਪਲਾਈ ਚੇਨ ਦਾ ਇਸ਼ੂ ਆ ਰਿਹਾ ਇਹ ਕਾਰਾਂ ਲੋਕਾਂ ਨੂੰ ਇਲੈਕਟ੍ਰਿਕ ਕਾਰਾਂ ਦੀ ਵੇਟ ਬਹੁਤ ਜ਼ਿਆਦਾ ਆ ਤੇ ਇਹ ਮਿਲ ਨਹੀਂ ਰਹੀਆਂ ਵੀਸੀ ਹਾਈਡਰੋ ਅਸ ਵੇਲੇ ਕਹਿ ਰਿਹਾ ਆ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਆ ਉਹਨੇ ਜ਼ਿਆਦਾ ਹੈ ਹੀ ਨਹੀਂ a third ਜਿਹੜੇ ਤੀਜਾ ਹਿਸਾਬ ਬ੍ਰਿਟਿਸ਼ ਕੋਲੰਬੀਆ ਦਾ ਐਸ ਵੇਲੇ ਉਹ ਰੀ ਕਰਿਆ ਲੋਕ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਨਵਾਂ ਇਲੈਕਟ੍ਰਿਕ ਵਹੀਕਲ ਖਰੀਦੀਏ ਪਰ ਲੋਕਾਂ ਦੇ ਕੋਲ ਐਸ ਵੇਲੇ ਹੈ ਹੀ ਨਹੀਂ ਆ ਉਹ ਮਿਲ ਹੀ ਨਹੀਂ ਰਹੀ ਅਵੇਲੇਬਿਲਟੀ ਇਨ ਆਕਾਰਾਂ ਦੀ ਹੈ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਇਧਰਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੱਤਾ ਕਿ ਸਾਡਾ ਅਗਲਾ ਵਹੀਕਲ ਜਿਹੜਾ ਉਹ ਇਲੈਕਟ੍ਰਿਕ ਵਹੀਕਲ ਆ ਹੁਣ ਵੀ ਲੋਕਾਂ ਨੇ ਇਹ ਕਰਨਾ ਸ਼ੁਰੂ ਕਰ ਦਿੱਤਾ ਪਰ ਸਪਲਾਈ ਚੇਨ ਦਾ ਇਸ਼ੂ ਬਹੁਤ ਵੱਡਾ ਆ ਰਿਹਾ ਐਸ ਵੇਲੇ ਇਲੈਕਟ੍ਰਿਕ ਵਹੀਕਲ ਲੱਭ ਰਿਆ ਲੋਕ ਪਰ ਇਹਨਾਂ ਦੇ ਵਿੱਚੋਂ 41% ਦੱਸ ਰਿਹਾ ਹੈ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਬਾਈ ਕਰਨ ਦਾ ਪ੍ਰੋਸੈਸ ਹੈ ਬਹੁਤ ਔਖਾ ਹੈ ਪਹਿਲਾਂ ਜਾ ਕੇ ਤੁਸੀਂ ਰਜਿਸਟਰਡ ਕਰਾਉਂਗੇ ਫਿਰ ਰਜਿਸਟਰ ਕਰਾਉਣ ਤੋਂ ਬਾਅਦ ਉਹ ਦੱਸਦੇ ਆ ਕਿ ਇੰਨਾ ਡਿਪੋਜ਼ਿਟ ਦੇ ਦਿਓ ਈਨੇ ਮਹੀਨਿਆਂ ਦੇ ਬਾਅਦ 6 ਮਹੀਨੇ ਬਾਅਦ ਜਾਂ ਸਾਲ ਬਾਅਦ ਤੁਹਾਨੂੰ ਇਹ ਕਾਰ ਮਿਲੂਗੀ ਉਹ ਉਦੋਂ ਮਿਲੂਗੀ ਇਸ ਗੱਲ ਦਾ ਵੀ ਕੋਈ ਯਕੀਨ ਨਹੀਂ ਹੋ ਸਕਦਾ ਉਹਦੇ ਤੋਂ ਅੱਗੇ ਚਲੇ ਜੇ ਮੈਂ ਹੋ ਸਕਦਾ ਕਿਸੇ ਸਟੇਜ ਤੇ ਜਾ ਕੇ ਤੁਹਾਡੀ ਮਨੀ ਵਾਪਸ ਕਰ ਦੇਣ ਕਿ ਨਹੀਂ ਜੀ ਸਾਡੇ ਕੋਲ ਤੁਹਾਡੀ ਕਮਿਟਮੈਂਟ ਪੂਰੀ ਨਹੀਂ ਹੁੰਦੀ ਤੇ ਤੁਸੀਂ ਇਹ ਲੈ ਲਓ ਇਸ ਤਰ੍ਹਾਂ ਦੀ ਪ੍ਰੋਸੈਸ ਬਹੁਤ ਔਖਾ ਆ ਅੱਧੇ ਲੋਕ મતਲਬ ਹੋਗਾ 41% ਦੇ ਕਰੀਬ ਲੋਕ ਇਹ ਕਹਿ ਰਹੇ ਆ ਕਿ ਇਹ ਪ੍ਰੋਸੈਸ ਇੰਨਾ ਔਖਾ ਆ ਹੁਣ ਸਪਲਾਈ ਚੇਨ ਪੂਰੀ ਕਦੋਂ ਹੋਊਗੀ ਵੀ ਕਿਦਣ ਉਹ ਦਿਨ ਆਊਗਾ ਲੋਕ ਜਾਣਗੇ ਉੱਥੇ ਜਾ ਕੇ ਆਪਣੀ ਪੇਮੈਂਟ ਕਰਨਗੇ ਤੇ ਕਾਰ ਲੈ ਕੇ ਜਾਂ ਵਹੀਕਲ ਲੈ ਕੇ ਆਪਣਾ ਘਰ ਨੂੰ ਆ ਜਾਣਗੇ ਇਹ ਕਹਿੰਦੇ ਅਜੇ ਨੇੜੇ ਤੇਰੇ ਭਵਿੱਖ ਦੇ ਵਿੱਚ ਸੰਭਵ ਨਹੀਂ ਆ 2023 ਦੇ ਵਿੱਚ ਥੋੜੀ ਬਹੁਤੀ ਸਮੱਸਿਆ ਹੱਲ ਹੋ ਸਕਦੀ ਆ ਪਰ ਜਿੰਨੀ ਡਿਮਾਂਡ ਆ ਤੇ ਜਿੰਨੀ ਦੂਜੇ ਪਾਸੇ ਸਪਲਾਈ ਹੈ ਇਹਨਾਂ ਦੋਵਾਂ ਨੂੰ ਬਰਾਬਰ ਕਰਨ ਦੇ ਲਈ 2026 ਤੱਕ ਗੱਲ ਜਾ ਸਕਦੀ 4 ਸਾਲ ਹੋਰ ਲੱਗ ਸਕਦੇ ਆ ਕਲੈਕਟਰ ਕੁਇਕਲ ਦੀ ਡਿਮਾਂਡ ਜ਼ਿਆਦਾ ਹੋ ਗਈ ਹੈ ਉਹ ਖਾਸ ਕਰਕੇ ਹੁਣ ਗੈਸ ਦੀਆਂ ਕੀਮਤਾਂ ਵਧਣ ਦੇ ਨਾਲ ਸਪਲਾਈ ਚੇਨ ਦਾ ਵੱਡਾ ਇਸ਼ੂ ਆ ਰਿਹਾ ਇਹਨੂੰ ਹੱਲ ਅਜੇ ਥੋੜੇ ਜੇ ਸਮੇਂ ਦੇ ਵਿੱਚ ਨਹੀਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਆਣ ਕਿਉਂਕਿ ਬਹੁਤ ਵੱਡੀ ਟਰਾਂਜੀਸ਼ਨ ਹੋ ਰਹੀ ਹੈ ਗੈਸ ਵਾਲੀਆਂ ਕਾਰਾਂ ਤੋਂ ਇਧਰਲੇ ਪਾਸੇ ਜਾਣਾ ਇੱਕ ਇਤਿਹਾਸਕ ਟਰਾਂਜੀਸ਼ਨ ਆ ਉਹਨੂੰ ਟਾਈਮ ਵੀ ਲੱਗਣਾ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਸਮੱਸਿਆਵਾਂ ਵੀ ਆ ਰਹੀਆਂ ਬੀਸੀ ਹਾਈਡਰੋ ਐਸ ਵੀ ਲੈ ਕਹਿ ਰਿਹਾ ਕਿ 325 ਹੋਰ ਚਾਰਜਿੰਗ ਯੂਨਿਟ ਜਿਹੜੇ ਪ੍ਰੋਵਿੰਸ ਦੇ ਵਿੱਚ 225 ਤੱਕ ਇੰਸਟਾਲ ਕਰਨ ਬਾਰੇ ਸੋਚ ਰਿਹਾ 225 ਤੱਕ 325 ਹੋਰ ਯੂਨਿਟ ਲਾਏ ਜਾਣਗੇ ਤੇ ਉਹਦੇ ਨਾਲ ਫਿਰ ਡਿਮਾਂਡ ਜਿਹੜੀ ਉਦੋਂ ਤੱਕ ਹੋਰ ਜ਼ਿਆਦਾ ਵਧ ਜਣੀ ਆ ਇਹਨਾਂ ਕਾਰਾਂ ਦੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਾਂ ਤਾਂ ਜਿਹੜੇ ਹੈਗੇ ਆ ਉਹ ਇਲੈਕਟ੍ਰਿਕ ਕਾਰ ਦੀ ਜਿਹੜੀ ਉਹ ਉਡੀਕ ਕਰ ਰਹੇ ਆ ਤੇ ਬਹੁਤ ਸਾਰੇ ਲੋਕਾਂ ਨੇ ਡਿਪੋਜ਼ਿਟ ਵੀ ਦਿੱਤਾ ਆ ਤੇ ਇਸ਼ੂ ਉਹਨਾਂ ਦੇ ਲਈ ਇਹ ਇਸ ਵੇਲੇ ਬਹੁਤ ਵੱਡਾ ਆਇਆ ਆ ਬਹੁਤ ਸਾਰੇ ਲੋਕਾਂ ਨੇ ਸਿਕਿਉਰ ਕੀਤਾ ਆ 13% ਲੋਕ ਸਰਵੇ ਕਰ ਰਹੇ ਆਪਣੇ ਦੋਸਤਾਂ ਤੋਂ ਇਧਰ ਉਧਰੋਂ ਫੈਮਿਲੀ ਨੇਬਰਸ ਤੋਂ ਕਿ ਸਾਨੂੰ ਪਤਾ ਲੱਗ ਜਵੇ 15% ਜਿਹੜੇ ਰਿਸਪੌਂਡੈਂਟ ਇਹ ਕਹਿੰਦੇ ਆ ਕਿ ਉਹ ਪ੍ਰੋਵਿੰਸ ਤੋਂ ਬਾਹਰੋਂ ਜਾ ਕੇ ਵੀ ਖਰੀਦਣ ਦਾ ਯਤਨ ਕਰ ਰਹੇ ਆ ਜਾਂ ਇੱਥੋਂ ਤੱਕ ਇੰਟਰਨੈਸ਼ਨਲ ਲੈਵਲ ਤੇ ਵੀ ਕਿਸੇ ਹੋਰ ਦੇਸ਼ ਦੇ ਵਿੱਚੋਂ ਕਾਰ ਮੰਗਵਾ ਲਈ ਜਾਵੇ ਉਹਦੇ ਨਾਲ ਵੀ ਇਸ ਤਰ੍ਹਾਂ ਦੇ ਨਾਲ ਜਿਹੜਾ ਚਲੇ ਗਿਆ ਜਿਹੜੇ ਮਤਲਬ ਬਹੁਤੇ ਲੋਕ ਇਹ ਵੀ ਕਹਿ ਰਹੇ ਆ ਕਿ ਜਦੋਂ ਕੋਈ ਬੰਦਾ ਗੱਡੀ ਖਰੀਦਦਾ ਵਹੀਕਲ ਖਰੀਦਦਾ ਉਹਦੇ ਕੋਲੇ ਬਹੁਤ ਸਾਰੇ ਇਸ਼ੂਜ਼ ਹੁੰਦੇ ਵੀ ਉਹਨੂੰ ਕਲਰ ਕਿਹੜਾ ਚਾਹੀਦਾ ਉਹਦੇ ਫੀਚਰ ਕਿਹੜੇ ਚਾਹੀਦੇ ਇਹ ਸਾਰੀਆਂ ਗੱਲਾਂ ਹੀ ਪਿੱਛੇ ਚਲੇ ਗਈਆਂ ਹੁਣ ਕਲਰ ਕਿਹੜਾ ਚਾਹੀਦਾ ਫੀਚਰ ਕਿਹੜੇ ਚਾਹੀਦੇ ਇਹਨੂੰ ਵੀ ਲੋਕ ਕਾਇਮਤ ਨਹੀਂ ਦੇ ਰਹੇ ਲੋਕ ਇਹ ਕਹਿ ਰਹੇ ਕਿ ਸਾਨੂੰ ਇਲੈਕਟ੍ਰਿਕ ਵਹੀਕਲ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਵੇ ਬਹੁਤ ਸਾਰੀਆਂ ਤਬਦੀਲੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਸਰਵਿਸ ਦੇ ਵਿੱਚ ਕੀਤੀਆਂ ਜਾ ਰਹੀਆਂ ਡਿਮਾਂਡ ਇਲੈਕਟ੍ਰਿਕ ਵਹੀਕਲਸ ਦੀ ਲਗਾਤਾਰ ਵਧ ਰਹੀ ਆ 2 ਲੀਟਰ ਤੋਂ ਜ਼ਿਆ ਤੇ ਇਹ ਜਿੱਦਾਂ ਜਿੱਦਾਂ ਗੈਸ ਵਧੀ ਜਾਂਦੀ ਆ ਉਸੇ ਉਸੇ ਤਰੀਕੇ ਦੇ ਨਾਲ ਇਹਦੀ ਮੰਗ ਦੇ ਵਿੱਚ ਇਲੈਕਟ੍ਰਿਕ ਵਹੀਕਲ ਦੀ ਮੰਗ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈਸਟੋਰੈਂਟਸ ਵਾਲੇ ਪਰੇਸ਼ਾਨ ਨੇ ਉਹਨਾਂ ਨੂੰ ਕੰਮ ਕਰਨ ਦੇ ਲਈ ਕਾਮਿਆਂ ਦੀ ਲੋੜ ਆ ਪਰ ਕਾਮੇ ਮਿਲ ਨਹੀਂ ਰਹੇ ਜਦੋਂ ਦੀਆਂ ਰੈਸਟ੍ਰਿਕਸ਼ਨਸ ਚੱਕੀਆਂ ਉਹਦੇ ਤੋਂ ਬਾਅਦ ਰੈਸਟੋਰੈਂਟਸ ਖੁੱਲ੍ਹਿਆ ਰੈਸਟੋਰੈਂਟਸ ਖੁੱਲਣ ਤੋਂ ਬਾਅਦ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਹੋਏ ਆ ਹੁਣ ਅੱਗੇ ਗਰਮੀਆਂ ਦਾ ਮੌਸਮ ਆ ਗਰਮੀਆਂ ਦੇ ਮੌਸਮ ਦੇ ਵਿੱਚ ਪੈਟੀਓਜ਼ ਦੇ ਉੱਤੇ ਤੇ ਹੋਰ ਬਾਕੀ ਥਾਵਾਂ ਦੇ ਉੱਤੇ ਲੋਕਾਂ ਦੀ ਗਿਣਤੀ ਵਧਣੀ ਆ ਜਿੱਦਾਂ ਜਿੱਦਾਂ ਰੈਸਟੋਰੈਂਟਸ ਦੇ ਵਿੱਚ ਲੋਕਾਂ ਦੀ ਗਿਣਤੀ ਵਧਣੀ ਆ ਉੱਥੇ ਉਹਨੇ ਕੰਮ ਕਰਨ ਵਾਲੇ ਵਰਕਰ ਚਾਹੀਦੇ ਤੇ ਵਰਕਰ ਉਹਨਾਂ ਦੇ ਵਿੱਚ ਕੋਲ ਹੈ ਨਹੀਂ ਬੀਸੀ ਰੈਸਟੋਰੈਂਟ ਤੇ ਫੂਡ ਸਰਵਿਸਿਜ਼ ਐਸੋਸੀਏਸ਼ਨ ਆ ਉਹ ਐਸੋਸੀਏਸ਼ਨ ਐਸ ਵੇਲੇ ਦਸਰੀ ਆ ਕਿ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 15000 ਰੈਸਟੋਰੈਂਟਸ ਆ ਜਿਨ੍ਹਾਂ ਦੇ ਵਿੱਚ 190000 ਐਸ ਵੇਲੇ ਕੰਮਾਂ-ਕੰਮ ਕਰ ਰਿਹਾ ਆ 40000 ਹੋਰ ਬੰਦੇ ਦੀ ਲੋੜ ਆ ਤੇ ਜੇ ਇਹ 40000 ਬੰਦਾ ਨਾ ਆਇਆ ਤਾਂ ਇਹ ਰੈਸਟੋਰੈਂਟਸ ਜਿਹੜੇ ਬੰਦ ਹੋ ਸਕਦੇ ਆ ਜਾਂ ਇਹਨਾਂ ਨੂੰ ਘੱਟੋ-ਘੱਟ ਹਫ਼ਤੇ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਰੈਸਟੋਰੈਂਟ ਬੰਦ ਰੱਖਣਾ ਪੈ ਸਕਦਾ ਗਾਹਕ ਹੈਗੇ ਆ ਪਰ ਕੰਮ ਕਰਨ ਵਾਲੇ ਹੈ ਨਹੀਂ ਕੰਮ ਕਰਨ ਵਾਲੇ ਗਏ ਕਿੱਥੇ ਪੰਡੈਮਿਕ ਦੇ ਵਿੱਚ ਰੈਸਟੋਰੈਂਟ ਬਹੁਤ ਲੰਬਾ ਸਮਾਂ ਬੰਦ ਰਹੇ ਆ ਲੋਕਾਂ ਨੇ ਵੀ ਜਾਣ ਆਉਣਾ ਬੰਦ ਕਰ ਦਿੱਤਾ ਪਾਬੰਦੀਆਂ ਵੀ ਬਹੁਤ ਲੰਬਾ ਸਮਾਂ ਲੱਗੀਆਂ ਰਹੀਆਂ ਤੇ ਜਿਹੜੇ ਲੋਕ ਰੈਸਟੋਰੈਂਟਸ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੇ ਕੋਈ ਨਾ ਕੋਈ ਹੋਰ ਕੰਮ ਤੰਦਾ ਕਿਤੇ ਹੋਰ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਹੁਣ ਉਹ ਵਾਪਸ ਇੱਥੇ ਆ ਨਹੀਂ ਰਹੇ ਰੇਜ਼ ਵੀ ਦਿੱਤਾ ਜਾ ਰਿਹਾ ਡਾਲਰ ਵੀ ਜ਼ਿਆਦਾ ਦਿੱਤੇ ਜਾ ਰਿਹਾ ਘੰਟੇ ਦੇ ਪਰ ਫੇਰ ਵੀ ਇਸ ਵੇਲੇ ਇੱਥੇ ਕੰਮ ਕਰਨ ਵਾਲੇ ਵਰਕਰਸ ਦੀ ਕਮੀ ਆ ਆਮ ਤੌਰ ਦੇ ਉੱਤੇ ਇੱਥੇ ਜਿਹੜੇ ਲੋਕ ਜਿਹੜੀਆਂ ਜਦੋਂ ਪੋਸ ਸਕੈਂਡਰੀ ਇੰਸਟੀਚੂਸ਼ਨਸ ਜਾਂ ਜਿਹੜੇ ਦੂਜੇ ਸੈਮੈਸਟਰਸ ਹੁੰਦੇ ਆ ਉਹਦੇ ਤੋਂ ਬਾਅਦ ਕੰਮ ਲੱਭਣ ਵਾਲਿਆਂ ਦੀ ਬਹੁਤਾਤ ਹੋ ਜਾਂਦੀ ਆ ਕਿ ਜਦੋਂ ਆ ਗਰਮੀਆਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਫਿਰ ਲੋਕ ਕੰਮ ਕਰ ਲੱਭਦੇ ਆ ਐਸ ਵਾਰੀ ਇਹਦੇ ਉਲਟ ਹੋ ਰਿਹਾ ਜਿਹੜੀ ਕਿਉਂਕਿ ਇੱਕ ਇਸ ਕੰਮ ਦੇ ਵਿੱਚ ਤਨਖਾਹਾਂ ਭਾਵੇਂ ਉਨੀਆਂ ਜ਼ਿਆਦਾ ਨਹੀਂ ਹੁੰਦੀਆਂ ਪਰ ਜਿਹੜੀ ਟਿਪ ਮਿਲਦੀ ਆ ਇਹਨਾਂ ਦੋਵਾਂ ਨੂੰ ਮਿਲਾ ਕੇ ਜਿੰਨੀ ਮਨੀ ਬੰਦਾ ਮਹੀਨੇ ਦੇ ਵਿੱਚ ਜਾਂ ਡੇਲੀ ਅਰਨ ਕਰ ਲੈਂਦਾ ਉਹ ਕਿਸੇ ਵੀ ਨੌਕਰੀ ਨਾਲੋਂ ਚੰਗੀ ਹੁੰਦੀ ਆ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਅਟਰੈਕਸ਼ਨ ਹੁੰਦੀ ਹੈ ਇਧਰਲੇ ਪਾਸੇ ਦੂਜਾ ਜਿਹੜੇ ਲੋਕ ਇਸ ਵੇਲੇ ਪੈਟੀਓ ਦੇ ਉੱਤੇ ਬਾਹਰ ਬੈਠਣਾ ਚਾਹੁੰਦੇ ਆ ਤੇ ਹੁਣ ਬਹੁਤ ਸਾਰੇ ਰੈਸਟੋਰੈਂਟ ਜਿਹੜੇ ਹੈਗੇ ਆ ਉਹ 6 ਜਿਹੜੇ ਦਿਨ ਉਹਨਾਂ ਨੂੰ ਆਪਣਾ ਕੰਮਕਾਰ ਕਰਨਾ ਪੈ ਰਿਹਾ ਤੇ ਕੁਝ ਰੈਸਟੋਰੈਂਟ ਕਹਿ ਰਿਹਾ ਕਿ ਸਾਨੂੰ 40-50 ਬੰਦੇ ਇਸ ਵੇਲੇ ਰਾਈਟ ਐਸੇ ਟਾਈਮ ਦੇ ਉੱਤੇ ਚਾਹੀਦੇ ਆ ਪਰ ਬੰਦੇ ਮਿਲ ਨਹੀਂ ਰਹੇ ਤੇ ਜਦੋਂ ਪੈਟੀਓਜ਼ ਬਾਹਰ ਸ਼ੁਰੂ ਹੋ ਜਾਣੇ ਉਸ ਵੇਲੇ ਹੋਰ ਕਾਮਿਆਂ ਦੀ ਲੋੜ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੇਜ਼ ਵੀ ਮਿਲ ਰਹੇ ਆ ਵਧ ਦਿੱਤੇ ਜਾ ਰਹੇ ਆ ਪਰ ਉਹਦਾ ਅਸਰ ਨਹੀਂ ਹੋ ਰਿਹਾ ਕਿਉਂਕਿ ਲਗਾਤਾਰ ਜਿਹੜੀ ਇਨ ਪਰਸਨਲ ਡਾਈਨਿੰਗ ਸੀਗੀ 117 ਦਿਨ ਪੰਡੈਮਿਕ ਦੇ ਵਿੱਚ ਬੰਦ ਰਹੀ ਹੈ ਤੇ 117 ਦਿਨ ਬੰਦ ਰਹਿਣ ਤੋਂ ਬਾਅਦ ਉਹ ਕੰਮੇ ਕਿਤੇ ਹੋਰ ਚਲੇ ਗਏ ਹੁਣ ਜਿਹੜੀ ਪੈਟੀਓ ਦੇ ਉੱਤੇ ਗਿਣਤੀ ਵਧ ਰਹੀਆਂ ਲੋਕਾਂ ਦੀ ਉਹ ਪੈਟੀਓ ਸੀਜ਼ਨ ਐਸ ਲੋਗਨ ਕੂਬਰ ਦੇ ਵਿੱਚ ਆ ਚੁੱਕਿਆ ਉਹਦੇ ਵਿੱਚ ਬਹੁਤ ਸਾਰੇ ਲੋਕ ਐਪਲੀਕੇਸ਼ਨ ਅਪਲਾਈ ਕਰ ਰਹੇ ਆ ਵੀ ਸਾਨੂੰ ਆਗਿਆ ਦਿੱਤੀ ਜਾਵੇ ਇੱਥੇ ਬਾਹਰ ਪੈਟੀਓ ਸ਼ੁਰੂ ਕਰਨ ਦੀ ਸਿਟੀ ਇਹ ਕਹਿ ਰਿਹਾ ਹੈ ਕਿ 278 ਐਪਲੀਕੇਸ਼ਨ ਐਸ ਵੇਲੇ ਵੱਖ-ਵੱਖ ਬਿਜ਼ਨੈਸਸ ਤੋਂ ਆਈਆਂ ਹਨ ਸਮਰ ਪੈਟੀਓ ਪਰਮਿਟਸ ਦੇ ਲਈ ਤੇ ਜਿਹਦੇ ਵਿੱਚੋਂ 109 ਸਮਰ ਪੈਟੀਓ ਪਰਮਿਟ ਈਸ਼ੂ ਕੀਤੇ ਗਏ ਆ 40 ਪਰਮਿਟ ਐਸ ਵੇਲੇ ਈਸ਼ੂ ਉਹਦੇ ਲਈ ਰੈਡੀ ਨੇ ਤੇ ਇਹ ਗਿਣਤੀ ਜਦੋਂ ਹੋਰ ਵਧਣੀ ਆ ਜਿਹੜੇ ਉਹ ਉਹਦੇ ਨਾਲ ਮਤਲਬ ਹੋਰ ਬਹੁਤ ਸਰੀਆਂ 64 ਐਪਲੀਕੇਸ਼ਨ ਉਹ ਕਹਿੰਦੇ ਆਈਆਂ ਪਈਆਂ ਜਿਹੜੀਆਂ ਇਨਕੰਪਲੀਟ ਆ ਸਟਾਫ ਕੰਮ ਕਰ ਰਿਹਾ ਦਿਨ ਰਾਤ ਕੇ ਕਿਸੇ ਨਾ ਕਿਸੇ ਤਰ੍ਹਾਂ ਦੇ ਐਪਲੀਕੇਸ਼ਨ ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਪਰ ਭਾ ਜੇ ਇਹ ਪਰਮਟ ਉਹਨਾਂ ਨੂੰ ਮਿਲ ਵੀ ਜਾਂਦੇ ਆ ਲੋਕ ਅੱਗੇ ਜਾ ਕੇ ਇਹ ਮਿਲ ਵੀ ਜਾਂਦੇ ਆ ਤਾਂ ਉਹਦੇ ਤੋਂ ਬਾਅਦ ਵੀ ਉੱਥੇ ਉਹ ਪੈਟਿਓਜ਼ ਨਹੀਂ ਖੁੱਲ ਸਕਣਗੇ ਰੈਸਟੋਰੈਂਟ ਦੇ ਬਾਹਰ ਬੈਠ ਕੇ ਲੋਕ ਖਾਣਾ ਨਹੀਂ ਖਾ ਸਕਣਗੇ ਕਿਉਂਕਿ ਰੈਸਟੋਰੈਂਟਸ ਕੋਲ ਕਾਮੇ ਨਹੀਂ ਆ ਔਰ ਬਹੁਤ ਵੱਡੀ ਸ਼ਾਰਟੇਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਇਸ ਵੇਲੇ ਕਾਮਿਆਂ ਦੀ ਦੱਸੀ ਜਾ ਰਹੀ ਹੈ ਮਹਿੰਗਾਈ ਦਾ ਜ਼ਿਕਰ ਕੋਈ ਦੇ ਨਹੀਂ ਜਾਂਦਾ ਜਦੋਂ ਆਪਾਂ ਖਬਰਾਂ ਦੇ ਵਿੱਚ ਨਹੀਂ ਕਰਦੇ ਕੋਈ ਅਖਬਾਰ ਚੱਕ ਕੇ ਦੇਖ ਲਓ ਇਸ ਵੇਲੇ ਕੱਲੇ ਕੈਨੇਡਾ ਦੀ ਨਹੀਂ ਭਾਵੇਂ ਅਮਰੀਕਾ ਦੀ ਪੂਰੇ ਨਾਰਥ ਅਮਰੀਕਾ ਦੇ ਵਿੱਚ ਇਸ ਵੇਲੇ ਇਨਫਲੇਸ਼ਨ ਇੱਕ ਬਹੁਤ ਵੱਡਾ ਸਮੱਸਿਆ ਬਣੀ ਹੈ ਕੈਨੇਡਾ ਦੇ ਵਿੱਚ ਖਬਰਾਂ ਇਹ ਆ ਰਹੀਆਂ ਕਿ ਲੋਕਾਂ ਨੇ ਹੁਣ ਆਪਣਾ ਬਾਹਰ ਖਾਣਾ ਪੀਣਾ ਘਟਾ ਦਿੱਤਾ ਫਿਲਮਾਂ ਦੇਖਣੀਆਂ ਐਂਟਰਟੇਨਮੈਂਟ ਜਿੱਥੇ ਕਿਤੇ ਜਾਂਦੇ ਸੀ ਉਸ ਪਾਸੇ ਵੀ ਘਟਾ ਦਿੱਤਾ ਕਿਉਂਕਿ ਸਰਦਾ ਨਹੀਂ ਉਹਨੂੰ ਕੱਟ ਕਰਨਾ ਸ਼ੁਰੂ ਕਰ ਦਿੱਤਾ ਇੱਥੋਂ ਤੱਕ ਲੋਕਾਂ ਨੇ ਆਪਣੀ ਮੈਡੀਕੇਸ਼ਨ ਨੂੰ ਕੱਟ ਕਰਨਾ ਸ਼ੁਰੂ ਕਰ ਦਿੱਤਾ ਵੀ ਡਾਕਟਰ ਨੇ ਦਵਾਈ ਪ੍ਰਸਕ੍ਰਾਈਬ ਕਰ ਦਿੱਤੀ ਲਿਖ ਦਿੱਤੀ ਕਿ ਆਹ ਦਵਾਈ ਲੈ ਲਓ ਲੋਕ ਉਹਨੂੰ ਟਾਲਣ ਟੋਲਾ ਕਰਨ ਲੱਗ ਪਏ ਕਿ ਵੀ ਕੋਈ ਨਹੀਂ ਜਿੰਨਾ ਚਿਰ ਸਰਦਾ ਜੇ ਇੰਨੀ ਲੋੜ ਨਹੀਂ ਆ ਤਾਂ ਬਾਅਦ ਦੇ ਵਿੱਚ ਲੈ ਲਾਂਗੇ ਇਸੇ ਤਰ੍ਹਾਂ ਜਿਹੜੀ ਇਪਸਸ ਦੀ ਪੋਲ ਆ ਉਹ ਦੱਸ ਰਹੀ ਆ ਇਪਸਸ ਨੇ ਪੋਲ ਕੀਤੀ ਆ ਕਿ ਤੁਹਾਡੀਆਂ ਸਟਰੈਟਜੀਜ਼ ਕੀ ਆ ਮਹਿੰਗਾਈ ਨੇ ਤੁਹਾਡੇ ਤੇ ਅਸਰ ਕੀ ਕੀਤਾ April ਦੇ ਅੱਧ ਦੇ ਵਿੱਚ ਉਹਨਾਂ ਨੇ ਇਹ ਪੋਲ ਕੀਤੀ ਸੀ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਲੋਕਾਂ ਨੇ ਇਹ ਕਿਹਾ ਕਿ ਉਹ ਹੁਣ ਬਾਹਰ ਖਾਣਾ ਖਾਣ ਨਹੀਂ ਜਾਂਦੇ ਪਹਿਲਾਂ ਜ਼ਿਆਦਾ ਜਾਂਦੇ ਸੀ ਹੁਣ ਉਹ ਘਟ ਜਾਣ ਲੱਗ ਪਿਆ ਦੂਜਾ ਤਰੀਕਾ ਉਹ ਕਹਿੰਦੇ ਇਹ ਕੀਤਾ ਕਿ ਜਿਹੜੇ ਕੱਪੜੇ ਨਵੇਂ ਲੈਣੇ ਸੀ ਉਹ ਨਹੀਂ ਲੈ ਰਹੇ 47% ਕਹਿੰਦੇ ਅਸੀਂ ਕੱਟ ਕਰ ਦਿੱਤਾ ਉਧਰਲੇ ਪਾਸੇ ਵੀ ਜਿਹੜਾ ਲੀਡਾ ਲੱਤਾ ਕੋ ਨਵਾਂ ਲੈਣਾ ਸੀ ਉਹਨੂੰ ਰੋਕਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਹੀ ਉਹ ਕਹਿੰਦੇ ਜਿਹੜੀ ਐਂਟਰਟੇਨਮੈਂਟ ਆ ਜਿਹਦੇ ਵਿੱਚ ਫਿਲਮਾਂ ਦੇਖਣੀਆਂ ਬਾਹਰ ਜਾਣਾ ਥੀਏਟਰ ਉਹ ਸਾਰਾ ਕੁਝ 46% ਕਹਿੰਦੇ ਅਸੀਂ ਕੱਟ ਕਰ ਦਿੱਤਾ ਦੂਜੀਆਂ ਜਿਹੜੀਆਂ ਵੱਡੀਆਂ ਚੇਂਜਸ ਇਸ ਪਾਸੇ ਆਈਆਂ 18% ਇਸ ਮਾਮਲੇ ਦੇ ਵਿੱਚ ਇਹ ਕਹਿ ਰਹੇ ਆ ਕਿ ਜਿਹੜੀਆਂ ਟ੍ਰਿਪ ਸੀ ਬਾਹਰ ਜਾਣਾ ਸੀ ਅਸੀਂ ਗਰਮੀਆਂ ਦਾ ਮੌਸਮ ਹੁੰਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਲੋਕ ਘੁੰ ਗਰੋਸਰੀ ਦੇ ਮਾਮਲੇ ਦੇ ਵਿੱਚ ਚਾਰ ਦੇ ਵਿੱਚੋਂ ਇੱਕ ਜਣਾ ਇਹ ਕਹਿ ਰਿਹਾ ਕਿ ਉਹਨੇ ਗਰੋਸਰੀ ਸਟੋਰਸ ਵਿੱਚ ਸਵਿਚ ਕਰ ਲਿਆ ਮਤਲਬ 100 ਦੇ ਵਿੱਚੋਂ 25 ਜਣੇ ਜੇ ਪਹਿਲਾਂ ਇੱਕ ਸਟੋਰ ਦੇ ਉੱਤੇ ਜਾਂਦੇ ਸੀ ਉਹਨੇ ਸਵਿਚ ਕਰ ਲਿਆ ਉਹ ਸਟੋਰ ਲੱਭ ਰਿਹਾ ਜਿੱਥੇ ਥੋੜੀ-ਬਹੁਤੀ ਸਸਤੀ ਮਿਲਦੀ ਹੈ ਜਾਂ ਲੱਭਣਾ ਸ਼ੁਰੂ ਕਰ ਦਿੱਤਾ ਫਲਾਇਰ ਦੇਖਣੇ ਸ਼ੁਰੂ ਕਰ ਦਿੱਤੇ ਜਿੱਥੇ ਗਰੋਸਰੀ ਸਸਤੀ ਮਿਲਦੀ ਆ ਉਦੋਂ ਦੇ ਪਾਸੇ ਜਾ ਕੇ ਉਹਨਾਂ ਨੇ ਉੱਥੋਂ ਗਰੋਸਰੀ ਲੈਣੀ ਸ਼ੁਰੂ ਕਰ ਦਿੱਤੀ ਜਿਹੜੇ 24% ਉਹ ਕਹਿੰਦੇ ਆ ਕਿ ਉਹਨੇ ਮੀਟ ਖਾਣਾ ਘਟਾ ਦਿੱਤਾ ਮੀਟ ਨੂੰ ਕੱਟ ਕਰ ਦਿੱਤਾ 22% ਕਹਿੰਦੇ ਆ ਕਿ ਉਹਨਾਂ ਨੇ ਜਿਹੜੀਆਂ ਫਰੈਸ਼ ਫਰੂਟਸ ਤੇ ਵੈਜੀਟੇਬਲ ਸੀਗੀਆਂ ਉਹ ਘਟਾ ਦਿੱਤੀਆਂ ਅੰਦਾਜ਼ਾ ਲਾ ਕੇ ਦੇਖ ਲਓ ਕਿ ਇੱਥੇ ਇਸ ਵੇਲੇ ਲੋਕਾਂ ਨੂੰ ਆਪਣੇ ਖਾਣ ਦੀਆਂ ਚੀਜ਼ਾਂ ਨੂੰ ਕੱਟ ਕਰਨਾ ਪੈ ਗਿਆ ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਤੁਸੀਂ ਆਪਣੀ ਮਰਜ਼ੀ ਦਾ ਖਾ ਵੀ ਨਹੀਂ ਸਕਦੇ ਕਿਉਂਕਿ ਪੋਲ ਆਏ ਦੱਸ ਰਹੀ ਹੈ ਸਾਰੀ ਇੱਕ ਪਿਕਚਰ ਸਾਡੇ ਸਾਹਮਣੇ ਆ ਰਹੀ ਹੈ ਕਿ ਔਰ 31% ਜਿਹੜੇ ਲੋਕ ਆ ਫਲਾਇਰ ਦੇਖ ਰਹੇ ਆ ਇਸ ਵੇਲੇ ਪਹਿਲਾਂ ਨਹੀਂ ਸੀ ਕੋਈ ਦੇਖਦਾ ਫਲਾਇਰ ਆ ਗਿਆ ਪਾਸੇ ਰੱਖ ਦਿੰਦੇ ਸੀ ਜਾ ਕੇ ਗਰੋਸਰੀ ਕਰ ਲੈਂਦੇ ਸੀ ਹੁਣ ਉਹਨਾਂ ਨੇ ਫਲਾਇਰ ਦੇਖਣਾ ਸ਼ੁਰੂ ਕਰ ਦਿੱਤੇ ਕਿ ਕਿੱਥੇ ਜਿਹੜਾ ਥੋੜਾ ਜਿਹਾ ਸੇਵ ਕੀਤਾ ਜਾ ਸਕਦਾ ਇਹ ਜਿਹੜੀ ਕੋਸ਼ਤ ਥਾਵਾਂ ਦੇ ਉੱਤੇ ਦੱਸਦੇ ਆ ਕਿ ਉਹਨਾਂ ਨੇ ਕੋਸ਼ ਜਿਹੜੀਆਂ ਜਿਹੜੇ ਬੇਬੀ ਆਇਲਸ ਨੇ ਉਹਨਾਂ ਦੇ ਵਿੱਚੋਂ ਵੀ ਬਚਾਉਣਾ ਸ਼ੁਰੂ ਕਰਤਾ ਮੰਨ ਲਓ ਕਿ ਇੱਕ ਬ੍ਰਾਂਡ ਦੇ ਡਾਈਪਰ ਖਰੀਦਦੇ ਸੀ ਤਾਂ ਉਹ ਨੂੰ ਵੀ ਉਹਨਾਂ ਨੇ ਜਿਹੜੇ ਦੂਜੇ ਡਿਸਕਾਊਂਟ ਬ੍ਰਾਂਡ ਵਾਲੇ ਡਾਈਪਰਸ ਨੇ ਉਹ ਖਰੀਦਣੇ ਸ਼ੁਰੂ ਕਰ ਦਿੱਤੇ ਆ ਸੋ ਉਹਨਾਂ ਦੀ ਜਿਹੜੀ ਸੇਲ ਆ ਜਿਹੜੇ ਜਨਰਿਕ ਬ੍ਰਾਂਡ ਡਾਈਪਰਸ ਨੇ ਇਦਾਂ ਫਾਰਮੂਲਸ ਨੇ ਫਾਰਮੂਲਾ ਤਾਂ ਵੈਸੇ ਹੀ ਇਸ ਵੇਲੇ ਕੈਨੇਡਾ ਦੇ ਵਿੱਚ ਮਿਲ ਨਹੀਂ ਰਿਹਾ ਬਹੁਤ ਘੱਟ ਮਿਲ ਰਿਹਾ ਬੱਚਿਆਂ ਦਾ ਫਾਰਮੂਲਾ ਇਸ ਤਰ੍ਹਾਂ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਖਰਚੇ ਨੂੰ ਘਟਾਇਆ ਜਾਵੇ 17% ਲੋਕ ਇਹ ਵੀ ਬਹੁਤ ਵੱਡੀ ਗਿਣਤੀ ਆ 17% ਨੇ ਆਪਣੇ ਬੱਚਿਆਂ ਨੂੰ ਆਰਗਨਾਈਜ਼ਡ ਸਪੋਰਟਸ ਦੇ ਵਿੱਚ ਘੱਟ ਕਰ ਦਿੱਤਾ ਕੱਟ ਬੈਕ ਕਰ ਦਿੱਤਾ ਹਰ ਇੱਕ ਬੱਚੇ ਨੂੰ ਕਿਸੇ ਐਕਟੀਵਿਟੀ ਚ ਪਾਇਆ ਜਾਂਦਾ ਕੋਈ ਸੌਕਰ ਖੇਡਦਾ ਕੋਈ ਹਾਕੀ ਖੇਡਦਾ ਕੋਈ ਕੁਝ ਕਰਦਾ 17% ਲੋਕ ਕਹਿੰਦੇ ਵੀ ਕਿਉਂਕਿ ਖਰਚੇ ਵਧ ਗਏ ਆ ਮਹਿੰਗਾਈ ਦੇ ਵਿੱਚ ਆਉਂਦਾ ਕੁਝ ਨਹੀਂ ਅਸੀਂ ਉਹਨਾਂ ਬੱਚਿਆਂ ਨੂੰ ਇਧਰੋਂ ਕੱਟ ਆਫ ਕਰ ਲਿਆ ਜਿਹੜੀ ਜਿੱਦਾਂ ਜਿੱਦਾਂ ਕੀਮਤਾਂ ਵਧ ਰਹੀਆਂ ਬਜਟ ਹਿਲ ਰਹੇ ਆ ਲੋਕਾਂ ਦੇ 8% ਇਹ ਕਹਿੰਦੇ ਆ ਕਿ ਉਹਨਾਂ ਨੇ ਆਪਣੀ ਮੈਡੀਕਲ ਪ੍ਰਸਕ੍ਰਿਪਸ਼ਨ ਹੀ ਡਿਲੀਟ ਕਰ ਦਿੱਤੀ ਜਾਂ ਰੀਨਿਊ ਨਹੀਂ ਕਰਾਈ 8% ਲੋਕ ਯਾਨੀ 100 ਚੋਂ 8 ਜਣੇ ਦਵਾਈ ਲੈਣ ਦੇ ਯੋਗ ਵੀ ਨਹੀਂ ਰਹੇ ਤੇ ਇਹ ਜਦੋਂ 18 ਤੋਂ 34 ਸਾਲਾਂ ਦੇ ਵਿੱਚ ਦੇਖ ਲਈਏ ਤੇ 14% ਉੱਤੇ ਚਲੇ ਜਾਂਦੀ ਆ 12% ਜਿਹੜੇ ਪੇਰੈਂਟਸ ਆ ਉਹ ਕਹ ਰਿਹਾ ਹੈ ਕਿ ਅਸੀਂ ਇਸ ਪਾਸੇ ਨੂੰ ਕੱਟ ਕਰਨਾ ਸ਼ੁਰੂ ਕਰ ਦਿੱਤਾ ਅਠਾਂ ਦੇ ਵਿੱਚੋਂ ਇੱਕ ਰਿਸਪੌਂਡੈਂਟ ਨੇ ਇਹ ਕਿਹਾ ਕਿ ਉਹਨਾਂ ਦੀ ਡਿੱਪ ਜਿਹੜੀ ਕਾਫੀ ਵੱਡੀ ਆਈ ਹੈ ਜਿਹੜੀ ਜਿਹੜੀ ਮਨੀ ਉਹਨਾਂ ਨੇ ਰਿਟਾਇਰਮੈਂਟ ਲਈ ਜਾਂ ਦੂਜੀ ਸੀਗੀ ਉਧਰਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿੱਤਾ ਵੈਨਕੂਵਰ ਦੇ ਵਿੱਚ ਇੱਕ ਚੈਰਿਟੀ ਆ ਵੈਨਕੂਵਰ ਬੇਸ ਚੈਰਿਟੀ ਆ ਜਿਹੜੀ ਲੋੜਵੰਦਾਂ ਨੂੰ ਫੂਡ ਦਿੰਦੀ ਆ ਉਹ ਕਹਿੰਦੇ ਵੀ ਅਸੀਂ ਆਪਣੀ ਕਪੈਸਿਟੀ ਦੇ ਸਿਰੇ ਤੇ ਪਹੁੰਚ ਗਏ ਹਾਂ ਹੋਰ ਬੰਦੇ ਅਸੀਂ ਨਹੀਂ ਲੈ ਸਕਦੇ ਸਿਟੀ ਰੀਚ ਕੇਅਰ ਸੁਸਾਇਟੀ ਇਹਦਾ ਨਾਮ ਆ ਉਹਨਾਂ ਦੇ ਕੋਲ ਮਾਗਰੇ ਲੋਡ ਬੰਦਾ ਉੱਥੇ ਜਾਂਦੇ ਆ ਰਜਿਸਟਰ ਕਰਵਾ ਦਿੰਦੇ ਵੀ ਸਾਨੂੰ ਅੱਜ ਫੂਡ ਚਾਹੀਦਾ ਬਹੁਤ ਸਾਰੇ ਲੋਕਾਂ ਨੂੰ ਫੂਡ ਪ੍ਰੋਵਾਈਡ ਕਰਦੇ ਆ ਉਹ ਕਹਿੰਦੇ ਐਸ ਵੇਲੇ ਉਹਨਾਂ ਲੋਕਾਂ ਦੀ ਗਿਣਤੀ ਸਿਰੇ ਦੇ ਉੱਤੇ ਪਹੁੰਚ ਗਈ ਹੈ ਜਿਨ੍ਹਾਂ ਨੂੰ ਅਸੀਂ ਫੂਡ ਪ੍ਰੋਵਾਈਡ ਕਰਦੇ ਆ ਤੇ ਹੁਣ ਉਹ ਕਹਿੰਦੇ ਵੀ ਅਸੀਂ ਇਹਦੇ ਤੋਂ ਬਾਅਦ ਹੋਰ ਅਕਸੈਪਟ ਨਹੀਂ ਕਰ ਸਕਦੇ ਸਿਟੀ ਰੀਚ ਕੇਅਰ ਸੁਸਾਇਟੀ ਜਿਹੜੀ ਵੈਂਕੂਵਰ ਬੇਸਡ ਇੱਕ ਚੈਰੀਟੀ ਆ ਉਹ ਦੱਸ ਰਿਹਾ ਕਹਿੰਦੇ ਸਾਨੂੰ ਸਾਰਾ ਕੁਝ ਦੇਖਣ ਦੇ ਲਈ ਵਲੰਟੀਅਰ ਚਾਹੀਦੇ ਆ ਫੂਡ ਚਾਹੀਦਾ ਸਪੇਸ ਚਾਹੀਦਾ ਤਾਂ ਅਸੀਂ ਹੋਰ ਲੋਕਾਂ ਨੂੰ ਅਨਟਰੇਨ ਕਰ ਸਕਦੇ ਆ ਤੇ ਕਿਉਂਕਿ 3000 ਬੰਦੇ ਨੂੰ ਉਹ ਪਹਿਲਾਂ ਹੀ ਫਰੈਸ਼ ਫਰੂਟ ਦਿੰਦੇ ਆ ਵੈਜੀਟੇਬਲ ਦਿੰਦੇ ਆ ਡੇਰੀ ਦਿੰਦੇ ਆ ਪ੍ਰੋਟੀਨ ਦਿੰਦੇ ਆ ਗ੍ਰੇਨਸ ਦਿੰਦੇ ਆ ਜਾਂ ਹੋਰ ਬਾਕੀ ਚੀਜ਼ਾਂ ਉਹ ਦਿੰਦੇ ਆ ਤੇ ਹੁਣ ਕਿਉਂਕਿ ਇਨਫਲੇਸ਼ਨ ਹੋ ਗਈ ਐ ਕੋ ਨਾਲ ਹੀ ਆਪਣੇ ਆਪ ਲਈ ਔਖਾ ਹੋ ਗਿਆ ਉਹਨਾਂ ਲਈ ਉਸ ਚੈਰਿਟੀ ਨੂੰ ਰਨ ਕਰਨਾ ਮੁਸ਼ਕਲ ਆ ਕਿਉਂਕਿ ਇਨਫਲੇਸ਼ਨ ਜਿਆਦਾ ਮਹਿੰਗਾਈ ਜਿਆਦਾ ਆ ਦੂਜੇ ਪਾਸੇ ਜਿਹੜੇ ਲੋਕ ਆ ਜਿਹੜੇ ਹੁਣ ਜਿਆਦਾ ਉਹ ਜਿਹੜੇ ਲੋੜਵੰਦ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਸੋ ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਕਿ ਸਾਡੇ ਕੋਲ ਹੁਣ ਹੋਰ ਸਿਟੀ ਕੇਅਰ ਸਿਟੀ ਰੀਚ ਕੇਅਰ ਸੁਸਾਇਟੀ ਨੇ ਕਿ ਸਾਡੇ ਕੋਲ ਹੁਣ ਹੈ ਨਹੀਂ ਤੇ ਦੂਜਾ ਉਹ ਕਹਿੰਦੇ ਵੀ ਜੇ ਕਿਸੇ ਕੋਲ ਕੋ ਡੋਨੇਸ਼ਨ ਵੌਲੰਟੀਅਰ ਕੋ ਫਾਈਨੈਂਸ਼ੀਅਲੀ ਸਾਡੀ ਮਦਦ ਕਰ ਸਕਦਾ ਹੈ ਤਾਂ ਸਾਡੀ ਮਦਦ ਕਰੋ ਤਾਂ ਕਿ ਅਸੀਂ ਜਿਆਦਾ ਲੋਕਾਂ ਤੱਕ ਇਹ ਸਰਵਿਸਿਜ਼ ਦੇ ਸਕੀਏ ਇੱਕ ਵੱਡਾ ਸੰਕਟ ਹੈ ਇਸ ਵੇਲੇ ਮਹਿੰਗਾਈ ਇਹ ਸੱਦ ਤੱਕ ਮਹਿੰਗਾਈ ਦਾ ਚੱਲੇ ਜਾਣਾ ਕਿ ਲੋਕ ਆਪਣੀਆਂ ਦਵਾਈਆਂ 'ਚ ਵੀ ਕੱਟ ਕਰਨ ਲੱਗ ਪਏ ਬੱਚਿਆਂ ਦੇ ਡਾਈਪਰ ਵੀ ਸਸਤੇ ਖਰੀਦਣ ਲੱਗ ਪਏ ਆ ਤੇ ਦੂਜੀਆਂ ਚੀਜ਼ਾਂ ਦੇ ਵਿੱਚ ਵੀ ਅਸਰ ਪੈਣ ਲੱਗ ਪਏ ਸੱਚਮੁੱਚ ਇੱਕ ਚਿੰਤਾ ਵਾਲੀ ਗੱਲ ਆ ਇੱਕ ਖਬਰ ਅੱਜ ਹੋਰ ਬਹੁਤ ਚਰਚਾ ਦੇ ਵਿੱਚ ਆ ਵੈਟਿਕਨ ਦੇ ਵਿੱਚ ਜਿਹੜੇ ਪਾਪ ਪਾਪ ਫਰਾਂਸਿਸ ਨੇ ਉਹ ਕੈਨੇਡਾ ਆ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਸੀ ਖਾਸ ਕਰ ਪਾਪ ਫਰਾਂਸਿਸ ਦੇ ਕੈਨੇਡਾ ਆਉਣ ਦੇ ਮਾਮਲੇ ਦੇ ਉੱਤੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਾਂ ਵਾਲਾ ਮਾਮਲਾ ਸੀ ਕੈਮਲੂਪਸ ਤੋਂ ਸ਼ੁਰੂ ਹੋਇਆ ਸੀ ਪੂਰੇ ਕੈਨੇਡਾ ਦੇ ਵਿੱਚ ਉਹਦੇ ਤੇ ਕਿਹਾ ਗਿਆ ਜਾ ਰਿਹਾ ਸੀ ਕਿ ਮਾਫੀ ਮੰਗਣਾ ਉਹਨੇ ਮਾਫੀ ਮੰਗੀ ਸੀਗੀ ਤੇ ਹੁਣ ਫਿਰ ਇਹ ਗੱਲਬਾਤ ਸੀਗੀ ਉਹ ਕੈਮਲੂਪਸ ਦੇ ਵਿੱਚ ਆਉਣ ਉਸ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਜਿੱਥੇ ਜਿਹੜੀਆਂ ਬੱਚਿਆਂ ਦੀਆਂ ਉਹ ਅਨਮਾਰਕਡ ਗ੍ਰੇਵਜ਼ ਮਿਲੀਆਂ ਸੀ ਹੁਣ ਪਤਾ ਲੱਗਿਆ ਕਿ 24 ਜੁਲਾਈ ਤੋਂ 30 ਜੁਲਾਈ ਤੱਕ ਕੈਨੇਡਾ ਦੇ ਵਿੱਚ ਪੋਪ ਫਰਾਂਸਿਸ ਆ ਰਹੇ ਆ ਕੁਝ ਥੈ ਸ਼ਹਿਰਾਂ ਦੇ ਉੱਤੇ ਜਾਣਗੇ ਪਰ ਦੱਸਦੇ ਆ ਕਿ ਉਹ ਕੈਮਲੂਪਸ ਦੇ ਵਿੱਚ ਨਹੀਂ ਜਾ ਰਿਹਾ ਇਸ ਗੱਲ ਦੇ ਉੱਤੇ ਵੀ ਚਰਚਾ ਚੱਲ ਰਹੀ ਆ ਐਡਮੰਟਨ ਕਿਊਬੈਕ ਜਿਹੜੇ ਇਕੁਅਲਟ ਸ਼ਹਿਰ ਤੇ ਉਹਨਾਂ ਦੇ ਜਿਹੜੇ ਮੁੱਖ ਇਹ ਸਥਾਵਾਂ ਦੇ ਉੱਤੇ ਰਹਿਣਗੇ 29 ਜੁਲਾਈ ਨੂੰ ਆਖਰੀ ਸਮਾਗਮ ਉਹਨਾਂ ਦਾ ਕੈਨੇਡਾ ਦੇ ਵਿੱਚ ਹੋਣਾ ਉਸ ਤੋਂ ਬਾਅਦ ਦੱਸਦੇ ਆ ਕਿ 30 ਨੂੰ ਉਹਨਾਂ ਨੇ ਇੱਥੋਂ ਚਲੇ ਜਾਣਾ ਜਿਹੜੀ ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ ਨੇ ਜਿਹਨੂੰ CCCB ਕਿਹਾ ਜਾਂਦਾ ਉਹਨਾਂ ਨੇ ਬਹੁਤ ਸਾਰੀਆਂ ਲੋਕੇਸ਼ਨਸ ਦਸੀਆਂ ਕਿ ਜਿੱਥੇ ਪੋਪ ਆ ਰਹੇ ਆ ਜਿਹੜੇ ਕੋਸ਼-ਕੋਸ਼ ਥਾਵਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਸੀਆਂ ਜਿਵੇਂ ਐਡਮਿੰਟਨ ਕੋਬੈਕ ਜਾਂ ਇਕੋਲਟ ਬਾਕੀ ਜਿਹੜੀ ਉਹਦੀ ਡਿਟੇਲਡ ਆ ਉਹ ਕਹਿੰਦੇ ਅਸੀਂ ਥੋੜਾ ਸਮਾਂ ਪਹਿਲਾਂ ਜਦੋਂ ਉਹਨਾਂ ਨੇ ਇੱਥੇ ਆਉਣਾ ਹੋਊਗਾ ਉਸ ਵੇਲੇ ਜਿਹੜੀਆਂ ਥਾਵਾਂ ਆ ਉਹ ਦੱਸਣਗੇ ਇਸੇ ਤਰ੍ਹਾਂ ਐਡਮਿੰਟਨ ਤੋਂ 70 ਕਿਲੋਮੀਟਰ ਦੂਰ ਲੇਕ ਸੈਂਟ ਐਨ ਪਿਲਗ੍ਰੀਮੇਜ ਜਿਹੜਾ ਕਿ ਇੱਕ ਰਾਸ਼ਟਰੀ ਇਤਿਹਾਸਿਕ ਸਮਾਰਕ ਹੈਗਾ ਉੱਥੇ ਵੀ ਪੋਪ ਦੇ ਆਮਦ ਦੀਆਂ ਤਿਆਰੀਆਂ ਚੱਲ ਰਹੀਆਂ ਆ 1 April ਨੂੰ ਕੈਨੇਡਾ ਦੇ ਜਿਹੜੇ ਇਥੋਂ ਦੇ ਮੂਲ ਵਾਸੀ ਲੀਡਰ ਆ ਉਹਨਾਂ ਦੀ ਮੀਟਿੰਗ ਦੇ ਵਿੱਚ ਪੋਪ ਫਰਾਂਸਿਸ ਨੇ ਕੈਨੇਡਾ ਆਉਣ ਦਾ ਐਲਾਨ ਕੀਤਾ ਸੀ ਮੀਟਿੰਗ ਤੋਂ ਬਾਅਦ ਪੋਪ ਫਰਾਂਸਿਸ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਜਿਹੜਾ ਚਰਚ ਤੇ ਉਸ ਵੇਲੇ ਜੋ ਕੁਝ ਹੋਇਆ ਸੀ ਉਹਦੇ ਉੱਤੇ ਮੁਆਫੀ ਮੰਗੀ ਸੀ ਕਿ ਜਿਹੜਾ ਉੱਥੇ ਹੋਇਆ ਸੀ ਇਸੇ ਨਾਲ ਇਹ ਵੀ ਪਤਾ ਲੱਗਿਆ ਕਿ ਨਮਨਾਨ ਦਾ ਦੌਰਾ ਪਾਪ ਫਰਾਂਸਿਸ ਨੇ ਮੁਲਤਵੀ ਕਰ ਦਿੱਤਾ ਹਫਤੇ ਦੇ ਸ਼ੁਰੂ ਦੇ ਵਿੱਚ ਸਿਹਤ ਦੇ ਕਾਰਨਾਂ ਕਰਕੇ ਉਹ ਦੌਰਾ ਵੀ ਉਹਨਾਂ ਨੇ ਮੁਲਤਵੀ ਕਰ ਦਿੱਤਾ ਉਹਨਾਂ ਦੀ ਉਮਰ ਪਾਪ ਫਰਾਂਸਿਸ ਦੀ ਉਮਰ ਆਸ ਵਿੱਚ 85 ਸਾਲ ਆ ਛਾੜ ਟਿਕਾ ਨਾਂ ਦੀ ਇੱਕ ਸਿਹਤ ਦੀ ਸਮੱਸਿਆ ਤੋਂ ਪੀੜਤ ਆ ਪਿੱਠ ਤੋਂ ਲੱਤਾਂ ਦੇ ਵਿੱਚ ਨਸਾਂ ਦੇ ਵਿੱਚ ਦਰਦ ਆ ਉਹਨਾਂ ਦੇ ਤੁਰਨ ਦੇ ਵਿੱਚ ਵੀ ਉਹਨਾਂ ਨੂੰ ਦਿੱਕਤ ਆ ਪੌੜੀਆਂ ਵੀ ਔਖੀਆਂ ਚੜ੍ਹਦੇ ਆ ਤੇ ਹੁਣ ਜਿਹੜਾ ਜਿੱਥੇ ਉਹਨਾਂ ਦਾ ਉਹਨਾਂ ਦੇ ਕੈਨੇਡਾ ਦੇ ਆਉਣ ਜਾਣ ਦੇ ਵਿੱਚ ਇਹ ਵੀ ਜਿਹੜੀ ਹੈ ਉਹਨਾਂ ਦਾ ਵਿਜ਼ਿਟ ਆ ਖਾਸ ਤੌਰ ਤੇ ਧਿਆਨ ਰੱਖਿਆ ਜਾਊਗਾ ਵੀ ਉਹ ਕਿੱਥੇ ਸੌਖਿਆਂ ਆ ਜਾ ਸਕਦੇ ਆ ਉਹਦੇ ਤੋਂ ਬਾਅਦ ਫਿਰ ਜਿਹੜੇ ਕਿੱਥੇ ਕਿੱਥੇ ਉਹ ਮਿਲਦੇ ਆ ਇਹ ਹੋਊਗੀ ਗੱਲ ਤੇ ਇਹਦੇ ਤੋਂ ਬਾਅਦ ਜਿਹੜਾ ਸਭ ਤੋਂ ਬਾਅਦ ਉਹਨਾਂ ਦੀ ਵਿਜ਼ਿਟ ਚਰਚਾ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਕਰਕੇ ਆ ਤੇ ਇਹਦੇ ਲਈ ਜਿਨ੍ਹਾਂ ਨੇ ਉਹਨਾਂ ਨੇ ਪਹਿਲਾਂ ਮਾਫੀ ਮੰਗੀ ਸੀ ਫਰਸਟ ਨੇਸ਼ਨ ਇਨੋਇਟ ਤੇ ਮੈਟੇਸ ਮੂਲ ਨਿਵਾਸੀਆਂ ਦੀ ਨੁਮਾਇੰਦਗੀ ਕਰਦਾ ਇੱਕ 32 ਮੈਂਬਰੀ ਵਫ਼ਦ ਪਾਪ ਨਾਲ ਮੁਲਾਕਾਤ ਕਰਨ ਦੇ ਲਈ ਵਰਟਿਕਨ ਗਏ ਸੀ ਉੱਥੇ ਉਹਨਾਂ ਨੇ ਜਦੋਂ ਪਬਲਿਕ ਨੂੰ ਸੰਬੋਧਨ ਕੀਤਾ ਸੀ ਉੱਥੇ ਉਹਨਾਂ ਨੇ ਇਹ ਗੱਲ ਪਾਪ ਫ੍ਰਾਂਸਿਸ ਨੇ ਜਿਹੜੇ ਸ਼ਬਦ ਵਰਤੇ ਸੀ ਕਿ ਰੈ residențial ਸਕੂਲ ਚਲਾਉਣ ਵਾਲਿਆਂ ਦੇ ਵਿਹਾਰ ਨੂੰ ਲੈ ਕੇ ਉਹ ਦੁੱਖ ਤੇ ਸ਼ਰਮ ਮਹਿਸੂਸ ਕਰਦੇ ਆ ਇਹ ਗੱਲ ਉਹਨਾਂ ਨੇ ਉਸ ਵੇਲੇ ਕਹੀ ਸੀ ਬਹੁਤ ਚਰਚਾ ਚੱਲੀ ਸੀ ਤੇ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਕੈਥੋਲਿਕ ਚਰਚ ਦੇ ਜਿਹੜੇ ਮੈਂਬਰਾਂ ਦੇ ਕਢਾਉਣੇ ਅਤੇ ਆਚਰਣ ਦੇ ਲਈ ਮੈਂ ਪ੍ਰਮਾਤਮਾ ਤੋਂ ਮਾਫੀ ਮੰਗਦਾ ਤੇ ਤੁਹਾਨੂੰ ਦਿਲੋਂ ਕਹਿਣਾ ਚਾਹੁੰਦਾ ਕਿ ਮੈਂ ਮਾਫੀ ਚਾਹੁੰਦਾ ਤੇ ਆਪਣੇ ਭਰਾਵਾਂ ਤੇ ਕੈਨੇਡੀਅਨ ਬਿਸ਼ਪਾ ਨਾਲ ਤੁਹਾਡੇ ਕੋਲੋਂ ਮਾਫੀ ਮੰਗਣ ਵਿੱਚ ਸ਼ਾਮਲ ਹਾਂ ਇਹ ਗੱਲਬਾਤ ਕਾਫੀ ਚਰਚਾ ਦੇ ਵਿੱਚ ਉਸ ਵੇਲੇ ਆਈ ਸੀ ਇੱਕ ਹੋਰ ਖਬਰ ਅੱਜ ਯੂਕਰੇਨ ਤੇ ਰਸ਼ੀਆ ਦੇ ਯੁੱਧ ਦੇ ਵਿੱਚ ਜਿਹੜੀ ਅਪਡੇਟ ਆ ਯੂਕਰੇਨ ਰਸ਼ੀਆ ਦੇ ਯੁੱਧ ਦਾ ਮੁੱਖ ਕਾਰਨ ਜਿਹੜਾ ਹੈ ਨੈਟੋ ਦੇ ਨਾਲ ਯੂਕਰੇਨ ਦੀ ਮੈਂਬਰਸ਼ਿਪ ਦੱਸਿਆ ਜਾ ਰਿਹਾ ਸੀ ਜਿਹੜੇ ਨੈਟੋ ਦੇ ਮੈਂਬਰ ਨੇ ਜਿਹਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਕੈਨੇਡਾ ਅਮਰੀਕਾ ਤੇ ਉਧਰੋਂ ਯੂਨਾਈਟਿਡ ਕਿੰਗਡਮ ਇਹ ਸ਼ਾਮਲ ਨੇ ਹੋਰ ਦੇਸ਼ ਵੀ ਸ਼ਾਮਲ ਨੇ ਉਹਦੇ ਵਿੱਚ 32-33 ਦੇਸ਼ ਜਿਹੜੇ ਟੋਟਲ ਨੇ ਯੂਕਰੇਨ ਇਹਦਾ ਮੈਂਬਰ ਬਣਨਾ ਚਾਹੁੰਦਾ ਸੀ ਰੂਸ ਦੇ ਕਹਿਣ ਮੁਤਾਬਕ ਅਮਰੀਕਾ ਆਪਣੀ ਰੂਸ ਦੇ ਮੁੱਢ ਆਪਣਾ ਟਿਕਾਣਾ ਬਣਾਉਣ ਦੇ ਲਈ ਯੂਕਰੇਨ ਦਾ ਬਾਰਡਰ ਕਿਉਂਕਿ ਰਸ਼ੀਆ ਦੇ ਨਾਲ ਸਭ ਤੋਂ ਵੱਡਾ ਬਾਰਡਰ ਲੱਗਦਾ ਉਥੇ ਆਪਣਾ ਟਿਕਾਣਾ ਬਣਾਉਣ ਦੇ ਲਈ ਉਹਨੂੰ ਨੈਟੋ ਦਾ ਮੈਂਬਰ ਬਣਾ ਕੇ ਤੇ ਆਪਣੇ ਸਾਰੇ ਹਥਿਆਰ ਤੇ ਸਾਰਾ ਕੁਝ ਉਥੇ ਰੂਸ ਦੇ ਵਿਰੁੱਧ ਵਰਤਣ ਦੇ ਲਈ ਜੋੜ ਰਿਹਾ ਸੀ ਇਸ ਕਰਕੇ ਉਹ ਕਹਿੰਦੇ ਸੀ ਇਹਨੂੰ ਰੋਕਣ ਦੇ ਲਈ ਵੀ ਇਹ ਤੋਂ ਪਹਿਲਾਂ ਕਿ ਅਮਰੀਕਾ ਆ ਕੇ ਯੂਕਰੇਨ ਦੇ ਵਿੱਚ ਆਪਣਾ ਟੁਕਣਾ ਬਣਾ ਲੈਂਦਾ ਅਸੀਂ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਜਿਹੜਾ ਉਹ ਕਹਿੰਦੇ ਬਹੁਤ ਜ਼ਰੂਰੀ ਸੀ ਹੁਣ ਇਹਦੇ ਤੋਂ ਬਾਅਦ ਜਦੋਂ ਉੱਥੋਂ ਬਹੁਤ ਸਾਰੇ ਲੋਕ ਯੂਕਰੇਨ ਛੱਡ ਕੇ ਬਾਹਰ ਜਾ ਰਹੇ ਆ ਤਾਂ ਕੱਲ ਪਹਿਲਾਂ ਫਿਨਲੈਂਡ ਨੇ ਕਿਹਾ ਸੀ ਕਿ ਅਸੀਂ ਨੈਟੋ ਦੇ ਮੈਂਬਰ ਬਣਨਾ ਚਾਹੁੰਦੇ ਆ ਫਿਨਲੈਂਡ ਦਾ ਵੀ ਰੂਸ ਦੇ ਨਾਲ ਬਾਰਡਰ ਲੱਗਦਾ ਤੇ ਸਮੱਸਿਆ ਫੇਰ ਉੱਥੇ ਦੀ ਉੱਥੇ ਹੀ ਰਹਿਣੀ ਹੈ ਕਿ ਜੇ ਇਸ ਗੱਲ ਦੇ ਲਈ ਉਹਨਾਂ ਨੇ ਯੂਕਰੇਨ ਦੇ ਨਾਲ ਲੜਾਈ ਕੀਤੀ ਆ ਤੇ ਹੁਣ ਫਿਨਲੈਂਡ ਤੇ ਫਿਨਲੈਂਡ ਤੇ ਫਿਨਲੈਂਡ ਤੋਂ ਬਾਅ ਇਹ ਦੋ ਦੇਸ਼ ਚਰਚਾ ਦੇ ਵਿੱਚ ਆ ਰਹੇ ਨੇ ਜਿਹੜੇ ਨੈਟੋ ਦੇ ਵਿੱਚ ਆਪਣੀ ਥਾਂ ਚਾਹੁੰਦੇ ਆ ਤੇ ਨੈਟੋ ਮੈਂਬਰਸ਼ਿਪ ਪਹਿਲਾਂ ਹੀ ਜਿਹੜੀ ਇਹਦੇ ਵਿੱਚ ਜਿਹੜੀ ਜਿਹੜੀ ਪਹਿਲਾਂ ਹੀ ਕਹਿ ਚੁੱਕਿਆ ਜਿਹੜਾ ਰਸ਼ੀਆ ਕਿ ਇਹਦੇ ਵਿੱਚ ਵਿਸਤਾਰ ਨਹੀਂ ਹੋਣਾ ਚਾਹੀਦਾ ਹੁਣ ਰੂਸ ਇਸ ਗੱਲ ਦੇ ਉੱਤੋਂ ਦੁਖੀ ਵੀ ਆ ਤੇ ਵੀ ਕਹਿ ਰਿਹਾ ਕਿ ਇਹ ਜਾਣ ਬੁੱਝ ਕੇ ਸਾਡੇ ਨੇੜੇ ਇਹਨੂੰ ਕੀਤਾ ਜਾ ਰਿਹਾ ਹਾਲਾਂਕਿ ਉਹ ਕਿਸ ਤਰੀਕੇ ਨਾਲ ਰਿਟੈਲੀਏਟ ਕਰਦੇ ਆ ਇਸ ਗੱਲਬਾਤ ਨੂੰ ਕੀ ਫਿਨਲੈਂਡ ਤੇ ਸਵੀਡਨ ਨੂੰ ਨੈਟੋ ਆਪਣੀ ਮੈਂਬਰਸ਼ਿਪ ਦਿੰਦਾ ਆ ਇਹ ਵੀ ਬਹੁਤ ਵੱਡਾ ਸਵਾਲ ਆ ਪਰ ਇਸ ਵੇਲੇ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਜਿਹੜਾ ਲੋਕਾਂ ਦੇ ਸਾਹਮਣੇ ਬਣਿਆ ਹੈ ਤੇ ਦੂਜੀ ਗੱਲ ਇਹ ਆ ਕਿ ਇਸ ਵੇਲੇ ਰੂਸ ਲੰਬੀ ਲੜਾਈ ਦੇ ਲਈ ਤਿਆਰ ਆ ਜਿਹੜੇ ਨੈਟੋ ਦੇ ਵਿੱਚ ਹਰ ਸਾਲ ਜਿਹੜਾ ਜਿਹੜੇ ਇਹਦੇ ਵਿੱਚ ਪਿਛਲੇ ਜਦੋਂ ਇਹ ਸ਼ੁਰੂ ਹੋਈ ਸੀ ਉਹਦੇ ਤੋਂ ਬਾਅਦ ਬਹੁਤ ਸਾਰੇ ਦੇਸ਼ ਇਹਦੇ ਵਿੱਚ ਸ਼ਾਮਲ ਕੀਤੇ ਆ ਤੇ ਇਹ ਦੋਵੇਂ ਦੇਸ਼ ਕਾਫੀ ਕਲੋਜ਼ ਪਾਰਟਨਰ ਪਹਿਲਾਂ ਹੀ ਨੈਟੋ ਦੇ ਹੈਗੇ ਆ ਇਹਨਾਂ ਦਾ ਬਹੁਤ ਕੁਝ ਆਪਸ ਵਿੱਚ ਸ਼ੇਅਰ ਕੀਤਾ ਜਾਂਦਾ ਤੇ ਜੇ ਹੁਣ ਇਹਨਾਂ ਨੂੰ ਨਾਟੋ ਆਪਣੀ ਮੈਂਬਰਸ਼ਿਪ ਦੇ ਦਿੰਦਾ ਆ ਤਾਂ ਉਹਦੇ ਨਾਲ ਵੀ ਜਿਹੜੀ ਕਾਫੀ ਸਮੱਸਿਆ ਹੋ ਸਕਦੀ ਹੈ ਰੂਸ ਨੂੰ ਕਈ ਇਤਰਾਜ਼ ਇਸ ਗੱਲ ਦੇ ਉੱਤੇ ਹੋ ਸਕਦੇ ਆ ਤੇ ਪਰ ਇਸ ਖਬਰ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਇੱਕ ਵਾਰੀ ਫੇਰ ਇਹ ਚਰਚਾ ਛੇੜ ਦਿੱਤੀ ਹੈ ਕਿ ਜੇ ਮੈਂਬਰਸ਼ਿਪ ਮਿਲਦੀ ਆ ਤਾਂ ਇਸ ਯੁੱਧ ਦਾ ਭਵਿੱਖ ਕੀ ਹੋਵੇਗਾ ਆਪਾਂ ਕੈਨੇਡਾ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਜਿਹੜਾ ਬੇਬੀ ਫਾਰਮੂਲਾ ਆ ਉਹਦੀ ਕਮੀ ਚੱਲ ਰਹੀ ਹੈ ਉਹਦੀ ਘਾਟ ਚੱਲ ਰਹੀ ਹੈ ਮਾਮਲਾ ਅਮਰੀਕਾ ਦੇ ਵਿੱਚ ਬਹੁਤ ਵੱਡਾ ਪੈਦਾ ਹੋ ਗਿਆ ਬੇਬੀ ਫਾਰਮੂਲਾ ਹਾਲਾਂਕਿ ਚੀਜ਼ ਬਹੁਤ ਵੱਡੀ ਨਹੀਂ ਜਿਹੜੇ ਬੱਚਿਆਂ ਨੂੰ ਨਕਲੀ ਦੁੱਧ ਪਿਲਾਇਆ ਜਾਂਦਾ ਉਹ ਬੇਬੀ ਫਾਰਮੂਲਾ ਜਾਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਨਿਊਟ੍ਰੀਸ਼ਨਲ ਨੀਡ ਨੂੰ ਪੂਰਾ ਕਰਨ ਦੇ ਲਈ ਬੱਚਿਆਂ ਦੇ ਨੂੰ ਦਿੱਤੀਆਂ ਜਾਂਦੀਆਂ ਅੱਜ ਇਹ ਮਾਮਲਾ ਏਡਾ ਵੱਧ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਇਹਦੇ ਵਿੱਚ ਦਖਲ ਦੇਣਾ ਪਿਆ ਤੇ ਉਹਨਾਂ ਨੂੰ ਕਹਿੰਦੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਯਕੀਨੀ ਬਣਾ ਰਹੇ ਹਾਂ ਕਿ ਜਿਹੜੀ ਬੇਬੀ ਫਾਰਮੂਲੇ ਦੀ ਸ਼ਾਰਟੇਜ ਅਮਰੀਕਾ ਦੇ ਵਿੱਚ ਆਈ ਹੈ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਡਰੈਸ ਕੀਤਾ ਜਾਵੇ ਇਹਨੂੰ ਪੂ ਗੈਰਬਰ ਤੇ ਰੈਕਲੇਟ ਤੋਂ ਦੋ ਕੰਪਨੀਆਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿ ਕਿਸੇ ਕਿਸੇ ਤਰ੍ਹਾਂ ਆਪਣੀ ਪ੍ਰੋਡਕਸ਼ਨ ਵਧਾਓ ਪ੍ਰੋਡਕਸ਼ਨ ਵਧਾ ਕੇ ਇਹਨੂੰ ਲੋਕਾਂ ਤੱਕ ਪਹੁੰਚਾਓ ਵਾਲਮਾਰਟ ਟਾਰਗੇਟ ਜਾਂ ਦੂਜੇ ਜਿਹੜੇ ਹੈਗੇ ਆ ਕਿ ਉਹਨਾਂ ਦੀਆਂ ਸ਼ੈਲਫਾਂ ਜਿਹੜੀਆਂ ਇਸ ਵੇਲੇ ਖਾਲੀ ਨੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਤੱਕ ਇਹ ਪਹੁੰਚਣਾ ਚਾਹੀਦਾ ਬਹੁਤ ਵੱਡਾ ਚੈਲੰਜ ਹੈ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਇਹਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਕਰ ਰਹੇ ਆ ਪ੍ਰੋਬਲਮ ਆਈ ਇਸ ਕਰ ਸੀ ਸਪਲਾਈ ਚੇਨ ਦੇ ਵਿੱਚ ਦਿੱਕਤ ਆ ਗਈ ਸੀ ਕਿਉਂਕਿ ਸੇਫਟੀ ਰੀਕਾਲ ਹੋ ਗਈ ਸੀ ਕੁਝ ਪ੍ਰੋਡਕਟਸ ਨੂੰ ਲੈ ਕੇ ਰਿਟੇਲਰ ਜਿਹੜੇ ਆ ਉਹਨਾਂ ਨੇ ਇਹਨੂੰ ਚੱਕ ਦਿੱਤਾ ਸੀ ਕਸਟਮਰ ਜਿਹੜੇ ਉੱਥੋਂ ਬਾਏ ਨਹੀਂ ਕਰ ਸਕਦੇ ਡਾਕਟਰ ਹੈਲਥ케ਅਰ ਵਰਕਰ ਪੇਰੈਂਟਸ ਨੂੰ ਕਹਿ ਰਹੇ ਆ ਕਿ ਉਹ ਫੂਡ ਬੈਂਕਸ ਦੇ ਨਾਲ ਕੰਟੈਕਟ ਕਰਨ ਫਿਜੀਸ਼ੀਨ ਆਫਿਸਸ ਦੇ ਨਾਲ ਤਾਂ ਕਿ ਵਾਰਨਿੰਗ ਦੇ ਰਹੇ ਆ ਕਿ ਤੁਸੀਂ ਉਹਨੂੰ ਜਿਆਦਾ ਉਹਨੂੰ ਪਾਣੀ ਪਾ ਕੇ ਲੋਕ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿੰਨਾ ਫਾਰਮੂਲਾ ਹੈਗਾ ਇਹਦੇ ਤੁਸੀਂ ਜਿਆਦਾ ਪਾਣੀ ਪਾ ਕੇ ਦੇਣਾ ਸ਼ੁਰੂ ਕਰ ਦਿਓ ਤਾਂ ਕਿ ਸਪਲਾਈ ਨੂੰ ਸਟ੍ਰੈਚ ਕੀਤਾ ਜਾ ਸਕੇ ਉਹ ਵੀ ਕਹਿ ਰਹੇ ਵੀ ਇਹ ਵੀ ਬਹੁਤ ਗਲਤ ਆ ਬਹੁਤ ਸਾਰੇ ਲੋਕਾਂ ਨੇ ਘਰ ਦੇ ਵਿੱਚ ਬੇਬੀ ਫਾਰਮੂਲਾ ਬਣਾਉਣਾ ਸ਼ੁਰੂ ਕਰ ਦਿੱਤਾ ਇਹ ਵੀ ਕਿਹਾ ਜਿਹੜੇ ਡਾਕਟਰ ਆ ਕਿ ਇਹ ਗਲਤ ਆ ਦੂਜੇ ਪਾਸੇ ਜਿਹੜੇ ਇਹਨਾਂ ਦੇ 파ਟਰਨ ਨੇ ਮੈਕਸੀਕੋ ਚਿੱਲੀ ਆਰਲੈਂਡ ਜਾਂ ਨੈਦਰਲੈਂਡ ਉਹਨਾਂ ਤੋਂ ਪੋਰਟ ਦੀ ਗੱਲਬਾਤ ਵੀ ਚੱਲ ਰਹੀ ਆ 90% ਜਿਹੜਾ ਬੇਬੀ ਫਾਰਮੂਲਾ ਹੈ ਉਹ ਅਮਰੀਕਾ ਦੇ ਵਿੱਚ ਆਪ ਹੀ ਬਣਾਇਆ ਜਾਂਦਾ ਆ ਸ਼ਾਰਟੇਜ ਖਾਸ ਤੌਰ ਦੇ ਉੱਤੇ ਜਿਹੜੇ ਲੋਅਰ ਇਨਕਮ ਫੈਮਲੀਆਂ ਨੇ ਉਹਨਾਂ ਦੇ ਉੱਤੇ ਵੱਡਾ ਅਸਰ ਪੈ ਰਿਹਾ ਐਬਟ ਜਿਹੜਾ ਵੱਡਾ ਇਹਦਾ ਮੇਕਰ ਆ ਜਿਹੜਾ ਸਭ ਤੋਂ ਵੱਧ ਇਹਨੂੰ ਬਣਾਉਂਦਾ ਆ ਉਹਨਾਂ ਦੇ ਵਿੱਚ ਕੁਝ ਮਿਲਾਵਟ ਆ ਗਈ ਸੀ ਫਾਰਮੂਲੇ ਦੇ ਵਿੱਚ ਜਿਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਖਤਰਨਾਕ ਆ ਤੇ ਸਾਰੇ ਦੇ ਸਾਰੇ ਤੁਸੀਂ ਇਹਨਾਂ ਨੂੰ ਵਾਪਸ ਭੇਜ ਦਿਓ ਜਿਹੜੇ ਲੋਕ ਮਰਕਸ ਵਿੱਚ ਫੂਡ ਸਟੈਂਪਾਂ ਦੇ ਉੱਤੇ ਆ ਉਹ ਵੀ ਇਹਦੇ ਲਈ ਐਲੀਜੀਬਲ ਹੁੰਦੇ ਆ ਇਸ ਬੇਬੀ ਫਾਰਮੂਲੇ ਦੇ ਇਨਫੈਂਟ ਚਿਲड्रन ਇਹਨਾਂ ਦੇ ਲਈ ਉਹਨਾਂ ਦੇ ਉੱਤੇ ਸਭ ਤੋਂ ਵੱਡਾ ਅਸਰ ਪੈ ਰਿਹਾ ਹੁਣ ਜਦੋਂ ਇਸ ਵੇਲੇ ਅਮਰੀਕਾ ਦੇ ਰਾਸ਼ਟਰਪਤੀ ਇਹਦੇ ਵਿੱਚ ਆਪ ਦਖਲ ਦੇ ਰਹੇ ਆ ਤਾਂ ਉਦੋਂ ਬਾਅਦ ਦੇਖਣ ਵਾਲੀ ਗੱਲ ਹੋਊਗੀ ਕਿ ਕਿੰਨੀ ਜਲਦੀ ਇਹ ਸਪਲਾਈ ਪੂਰੀ ਹੁੰਦੀ ਆ ਲੋਕ ਜਿਹੜੇ ਆ ਉਹ ਕਿੰਨੀ ਜਲਦੀ ਸੁੱਖ ਦਾ ਸਾਹ ਲੈਂਦੇ ਆ ਕੱਲੇ ਅਮਰੀਕਾ ਦੇ ਵਿੱਚ ਨਹੀਂ ਕੈਨੇਡਾ ਦੇ ਵਿੱਚ ਵੀ ਬੇਬੀ ਫਾਰਮੂਲੇ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਦੋਸਤੋ ਅਸੀਂ ਅੱਜ ਪਹੁੰਚੇ ਆ ਸੁਖੀ ਬਾਸ ਟਰੱਕ ਸੈਂਟਰ ਦੇ ਉੱਤੇ ਤਾਰਾਂ ਬਾਰੇ ਗੱਲਬਾਤ ਕਰਨੀ ਹੈ ਮਾਮਲਾ ਇਹ ਆ ਅੱਜ ਦੀ ਤੇ ਪਿਛਲੇ ਕਾਫੀ ਦਿਨਾਂ ਦੀ ਇੱਕ ਖਬਰ ਚਰਚਾ ਦੇ ਵਿੱਚ ਚੱਲ ਰਹੀ ਹੈ ਕਿ ਜਦੋਂ ਦੀਆਂ ਗੈਸ ਦੀਆਂ ਕੀਮਤਾਂ ਵਧੀਆਂ ਆ ਉਹਦੇ ਤੋਂ ਬਾਅਦ ਲੋਕਾਂ ਨੇ ਇਲੈਕਟ੍ਰੀਕਲ ਇਲੈਕਟ੍ਰਿਕ ਵਹੀਕਲਸ ਬਾਰੇ ਸਰਚ ਕਰਨੀ ਸ਼ੁਰੂ ਕਰ ਦਿੱਤੀ ਇਲੈਕਟ੍ਰਿਕ ਵਹੀਕਲਸ ਮਿਲ ਨਹੀਂ ਰਹੇ ਜਿੰਨੀ ਪਿੱਛੋਂ ਸਪਲਾਈ ਆ ਰਹੀ ਡਿਮਾਂਡ ਉਹ ਤੋਂ ਜ਼ਿਆਦਾ ਆ ਇੱਕ ਜਿਹੜੀ ਰਿਪੋਰਟ ਇਹ ਦੱਸਦੀ ਆ ਕਿ 2025 ਜਾਂ 2026 ਤੱਕ ਡਿਮਾਂਡ ਪੂਰੀ ਹੋ ਸਕਦੀ ਆ ਅਸ ਵੇਲੇ ਬਹੁਤ ਵੱਡਾ ਫਰਕ ਆ ਇਹਦੇ ਵਿੱਚ ਆ ਇਹ ਸਿਚੁਏਸ਼ਨ ਕੀ ਆ ਦੂਜੀਆਂ ਕਾਰਾਂ ਵੀ ਨਹੀਂ ਮਿਲ ਰਹੀਆਂ ਕੋਈ ਸਪਲਾਈ ਦਾ ਜਿਹੜਾ ਇਸ਼ੂ ਆ ਜਿਹੜੀ ਸਪਲਾਈ ਚੇਨ ਦੇ ਵਿੱਚ ਇਸ਼ੂ ਆ ਸਮੱਸਿਆ ਕੀ ਆ ਅਸ ਵੇਲੇ ਕੀ ਇਹਦਾ ਹੱਲ ਹੋ ਸਕਦਾ ਸੁਖੀ ਬਾਠ ਨਾਲ ਗੱਲਬਾਤ ਕਰਦੇ ਆ ਬਾਠ ਸਾਹਿਬ ਕੀ ਸਥਿਤੀ ਆ ਅਸ ਵੇਲੇ ਕਾਰਾਂ ਦੀ ਜੀ ਆ ਜਿਸ ਕਨ ਪਹਿਲਾਂ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬੜੀ ਦੂਰ ਦਰਾਂਡੇ ਬੈਠੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਓ ਤੇ ਤੁਹਾਨੂੰ ਵੀ ਅਸੀਂ ਸੁਖੀ ਬਾਠ ਟਰੱਕ ਸੈਂਟਰ ਤੇ ਜੀ ਆ ਕਹਿੰਨੇ ਆ ਹਾਂਜੀ ਗੱਲ ਕਰਦੇ ਆ ਜੇ ਇਲੈਕਟ੍ਰਿਕ ਵੀਕਲਸ ਦੀ ਬੜਾ ਵੱਡੀ ਇੱਕ ਸਮੱਸਿਆ ਬਣ ਗਈ ਕਦੀ ਸੋਚਿਆ ਨਹੀਂ ਸੀ ਵੀ ਹਾਲਾਤ ਇਦਾਂ ਦੇ ਹੋ ਜਾਣਗੇ ਆ ਗੈਸਾਂ ਦੀ ਜਿਹੜੀ ਗੈਸ ਦੀ ਪ੍ਰਾਈਸ ਹੈ ਜਿਸ ਕਾਰਨ ਉਹ ਜਿਹੜਾ ਮੇਨ ਮੁੱਦਾ ਬਣਿਆ ਅਸਲ 'ਚ ਕਿਉਂ ਆ ਜਦੋਂ ਹੁਣ ਅਸੀਂ ਦੇਖਦੇ ਆ ਗੈਸ ਸਟੇਸ਼ਨਾਂ ਦੇ ਉੱਤੇ 2 ਡਾਲਰ 16 ਸੈਂਟ 2 ਡਾਲਰ 18 ਸੈਂਟ ਤੇ ਅਸੀਂ ਸ਼ੌਂਕ ਨਾਲ ਪਹਿਲਾਂ 8-8 ਸਿਲੰਡਰ ਦੀਆਂ ਗੱਡੀਆਂ ਰੱਖੀਆਂ ਘਰਾਂ ਦੇ ਵਿੱਚ ਤੇ ਹੁਣ ਵਾਕਿਆ ਹੀ ਵੈਸੇ ਉਹ ਜੇਬ ਦੇ ਵਿੱਚ ਜਦੋਂ ਖਾਜ ਹੁੰਦੀ ਹੈ ਉਹਦੇ ਨਾਲ ਜਦੋਂ ਅਸੀਂ ਗੈਸ ਸਟੇਸ਼ਨ ਤੇ ਖੜਾ ਕਰਦੇ ਹਾਂ ਤੁਸੀਂ ਸਾਝ ਜਾਣਿਓ ਮੈਂ ਆਪਣੇ ਟਰੱਕ ਨੂੰ ਅੱਜ ਗੈਸ ਪਾਉਣਾ ਸੀਗਾ ਤੇ 183 200 ਦੀ ਗੈਸ ਭਰੀ ਸੋ ਬੜਾ ਔਖਾ ਜਾ ਹੋਇਆ ਪਰ ਮੁਸ਼ਕਲ ਇਹ ਆਈ ਹੋਈ ਆ ਕਰੀਏ ਤੇ ਕਰੀਏ ਕੀ ਆ ਇਲੈਕਟ੍ਰਿਕ ਵੀਕਲ ਇਜ਼ ਦਾ ਦਾ ਸੋਲੂਸ਼ਨ ਇਹਦਾ ਪਰ ਹੌ ਰਤੋ ਰਾਤ ਲੈ ਕੇ ਕਿੱਥੋਂ ਆਈਏ ਬੜਾ ਬੜਾ ਇੱਕ ਵੱਡਾ ਮੁੱਦਾ ਹੈ ਤੇ ਨਾਲ ਦੀ ਨਾਲ ਇੱਥੇ ਇੱਕ ਹੋਰ ਵੀ ਮੈਂ ਜ਼ਰੂਰ ਜੇਕਰ ਕਹਨਾ ਚਾਹਾਂਗਾ ਇਲੈਕਟ੍ਰਿਕ ਵੀਕਲ ਇਜ਼ ਵੈਰੀ ਨੇਚਰਲੀ ਬਹੁਤ ਵਧੀਆ ਚੀਜ਼ ਹੈ ਪਰ ਜਿਸ ਕਾਨੂੰਨਾਂ ਦੀ ਜਿਹੜੀ ਪ੍ਰਾਈਸ ਜਿਹੜੀ ਜਸਟੀਫਾਈ ਨਹੀਂ ਕਰ ਰਹੀ ਕਿਉਂ ਜੇ ਹੁਣ ਅਸੀਂ ਜਿੰਨੀਆਂ ਜਿਹੜੀਆਂ ਵਧੀਆ ਇਸ ਵੇਲੇ ਇਲੈਕਟ੍ਰਿਕ ਵੀਕਲ ਮਾਰਕੀਟ ਨੇ ਟੈਸਲਾ ਲਾ ਲੋ ਹੁਣ ਉਹ ਘੱਟੋ ਘੱਟ 65000 ਤੋਂ ਘੱਟ ਤੇ ਉਹ ਗੱਡੀ ਨਹੀਂ ਕੋਈ ਵੀ ਜਿਹਨੂੰ ਇੱਕ ਆਮ ਆਦਮੀ ਲਈ ਉਧਰ ਤੇ ਗੈਸ ਤੋਂ ਬਚਣ ਦੀ ਕੋਸ਼ਿਸ਼ ਹੈ ਉਧਰੋਂ ਕਿੱਥੇ ਉਹ 25-30000 ਡਾਲਰ ਨਾਲ ਸਾਰ ਸਕਦੇ ਸੀ ਨਵੀਂ ਗੱਡੀ ਮਿਲ ਜਾਂਦੀ ਐ ਤੇ ਦੂਸਰੀ ਹੁਣ 65000 ਦੀ ਮਿਲਣੀ ਆ ਆ ਉਹ ਜਿੰਨੀ ਗੈਸ ਬਚਣੀ ਆ 19 ਉਧਰ ਜਾ ਕੇ ਪੇਮੈਂਟਾਂ ਚ ਮੰਗਾ ਪੈ ਜਾਂਦਾ ਸੋ ਅਸੀਂ ਬੜੇ ਦੋਨਾਂ ਪਾਸਿਆਂ ਤੋਂ ਇੱਕ ਗੱਬੇ ਜਿਹਾ ਫਸੇ ਹੋ ਲੋਕ ਹੈਗੇ ਆ ਆ ਪਰ ਫਿਰ ਵੀ ਜਿਹੜੀ ਆ ਬੇਸ਼ੱਕ ਪ੍ਰਾਈਸਾਂ ਗੱਡੀਆਂ ਵਧੀਆ ਨੇ ਕਿਉਂ ਖਰਾਬ ਨਹੀਂ ਹੁੰਦੀਆਂ ਇੰਜਨ ਤੇ ਹੈ ਹੀ ਨਹੀਂ ਉਹਨਾਂ ਚ ਤੇ ਬੜੀ ਡਿਮਾਂਡ ਐ ਆ ਪਰ ਮੇਰਾ ਨਹੀਂ ਖਿਆਲ ਕਿ ਆਉਣ ਵਾਲੇ 2.5 ਸਾਲਾਂ ਤੋਂ ਪਹਿਲਾਂ ਇਹ ਮਸਲਾ ਕਿਸੇ ਤਰ੍ਹਾਂ ਹੱਲ ਹੋ ਸਕੇਗਾ ਕਿਉਂ ਸਾਰੀਆਂ ਮੈਨੂਫੈਕਚਰ ਜਿਨੀਆਂ ਕਿ ਮੈਂ ਸਰਚ ਕਰਦਾ ਰਹਿਣਾ ਆ ਪੜਦਾ ਰਹਿਣਾ ਆ ਪਤਾ ਕਰਦਾ ਰਹਿਣਾ ਆ ਸਾਰੀਆਂ ਮੈਨੂਫੈਕਚਰ ਬਹੁਤ ਜਦੋ ਜਾਇਦ ਨਾਲ ਬੜੇ ਹੌਸਲੇ ਨਾਲ ਇਲੈਕਟ੍ਰਿਕ ਵਹੀਕਲ ਬਣਾਉਣ ਦੇ ਵਿੱਚ ਜੁਟੀਆਂ ਹੋਈਆਂ ਨੇ ਪਰ ਐਸ ਵੀ ਨੋ ਕਿਸੇ ਚੀਜ਼ ਦੀ ਪ੍ਰੋਡਕਸ਼ਨ ਲਾਈਨ ਤੇ ਲਿਆਉਣੀ ਕੋਈ ਚੀਜ਼ ਇੰਨੀ ਈਜ਼ੀ ਨਹੀਂ ਹੁੰਦੀ ਹੈਗੀ ਸੋ ਦੇਖੋ ਦੋ ਸਾਲਾਂ ਚ ਕਿਦਾਂ ਚੱਲਦਾ ਕੰਮ ਤੁਹਾਡੇ ਕੋਲ ਇਹ ਗੱਡੀਆਂ ਅਵੇਲੇਬਲ ਹੁੰਦੀਆਂ ਹਾਈਬ੍ਰਿਡ ਲੈਕਟ੍ਰਿਕ ਜਾਂ ਦੂਜੀ ਆ ਹਾਂਜੀ ਜਸਕਰਨ ਜੀ ਵੈਸੇ ਮੇਰਾ ਬਾਇੰਗ ਜਿਹੜੀ ਟੀਮ ਹੈਗੀ ਆ ਉਹਨਾਂ ਨੂੰ ਸਪੈਸ਼ਲ ਖਾਸ ਹਦਾਇਤਾਂ ਨੇ ਕਿਉਂ ਕੋਈ ਵੀ ਦੁਕਾਨਦਾਰ ਉਹ ਸ਼ੈਲਫਾਂ ਦੇ ਉੱਤੇ ਸੌਦਾ ਤੋਂ ਉਹ ਹੀ ਰੱਖਣਾ ਚਾਹੁੰਦਾ ਜੋ ਸੌਦਾ ਵਿਕਦਾ ਏ ਆ ਅਸੀਂ ਵੀ ਦੂਰੋਂ ਨੇੜਿਓਂ ਕਿਤੇਓਂ ਵੀ ਥਰੂਆਊਟ ਕੈਨੇਡਾ ਦੇ ਵਿੱਚੋਂ ਹੁਣ ਤੇ ਯੂ ਐਸ ਏ ਚੋਂ ਵੀ ਜਿੱਥੇ ਵੀ ਸਾਨੂੰ ਇਲੈਕਟ੍ਰਿਕ ਵੀਕਲ ਮਿਲਦੀ ਏ ਔਰ ਐਕਸਟਰਾ ਐਫੋਰਡ ਕਰਕੇ ਵੀ ਆ ਅਸੀਂ ਉਹਨੂੰ ਜਾਂ ਹਾਈਬ੍ਰਿਡ ਗੱਡੀ ਆ ਆਹ ਨੂੰ ਲੈਂਡ ਦੀ ਕੋਸ਼ਿਸ਼ ਕਰਦੇ ਆ ਆਪਕਾ ਮੁਸ਼ਕਲ ਹੋਣ ਇਹ ਆਈ ਹੋਈ ਆ ਜੇ ਮੈਂ ਕੁਝ ਗੱਡੀਆਂ ਦੇ ਨਾਮ ਵੀ ਲਵਾਂ ਆ ਤੁਸੀਂ ਟੋਯੋਟਾ ਦਾ ਰਾਇਆ ਫੋਰ ਲਾ ਲਓ ਹਾਈਬ੍ਰਿਡ ਆ 2 ਸਾਲ ਦੀ ਵੇਟਿੰਗ ਹੋ ਤੇ ਕਹਿ ਰਹੇ ਨੇ ਅੱਛਾ ਜੀ ਹਾਂਜੀ ਤੇ ਜੇ ਅਸੀਂ 2021 ਦਾ ਡੀਲਰ ਤੋਂ ਜਾਂ ਆਕਸ਼ਨ ਤੋਂ ਕੋਈ ਤਾਂ ਮਿਲਦਾ ਵੀ ਆ ਉਹ ਨਵਾਂ 45000 ਦਾ ਸੀਗਾ ਤੇ ਅੱਜ ਸਾਨੂੰ 52000 ਦਾ ਮਿਲਦਾ ਨਾਲੇ ਉਹ ਚੱਲ ਵੀ ਗਿਆ 20000 ਕਿਲੋਮੀਟਰ ਆ ਸੋ ਇਹ ਇਦਾਂ ਦੀ ਹਾਲਾਤ ਬਣੇ ਹੋਏ ਨੇ ਆ ਹਾਲੇ ਦਾ ਸ਼ਾਟ ਦੇ ਵਿੱਚ ਕੁਝ ਦਿਸ ਨਹੀਂ ਰਿਹਾ ਤੇ ਹੁਣ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਵੈਨਸ ਲਾਈਨ ਦੇ ਵਿੱਚ ਖੜੀਆਂ ਆ ਮਰਸੀਡੀ ਦੀਆਂ ਫੋਰਡ ਦੀਆਂ ਇਹਦੀ ਡਿਮਾਂਡ ਹੈਗੀ ਮਾਰਕੀਟ ਚ ਹਾਂਜੀ ਨਹੀਂ ਜਿਹੜੀਆਂ ਇਸ 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 ਟੂ ਵੇਜ਼ ਐਕਚੁਅਲੀ ਜਿਹੜੀਆਂ ਤਾਂ ਪੈਸੇਂਜਰ ਵੀਹਿਕਲਸ ਨੇ ਉਹ ਉਹਨਾਂ ਲਈ ਗੈਸ ਸਾਨੂੰ ਬਹੁਤ ਮਹਿੰਗੀ ਲੱਗਦੀ ਹੈ ਤੇ ਜਿਹੜੇ ਕਮਰਸ਼ੀਅਲ ਵੀਕਲ ਹੁੰਦੇ ਸਾਡਾ ਰੋਜ਼ ਦਾ ਬਾਪ ਹੁੰਦਾ ਤੇ ਸਾਡੇ ਉਹ ਨੈਚਰਲੀ ਉਹ ਬਿਜ਼ਨਸ ਲਈ ਹੁੰਦੇ ਆ ਬਿਜ਼ਨਸ ਦੇ ਵਿੱਚ ਕਮਾਈ ਵੀ ਹੁੰਦੀ ਆ ਉਹ ਇੰਨਾ ਦੁੱਖ ਦੇ ਨੇ ਦੁੱਖ ਦੇ ਤੇ ਹੈਗੇ ਨੇ ਤੇ ਨਹੀਂ ਮੈਂ ਕਹਿੰਦਾ ਹੁਣ ਬੜੇ ਬੜੇ ਟਰੱਕਾਂ ਵਾਲੇ ਜਿਹੜੇ ਹਾਈਵੇ ਤੇ ਸਾਡੇ ਭੈਣ ਭਰਾ ਚਲਾਉਂਦੇ ਨੇ ਕਿੱਥੇ ਉਹ ਉਹਨਾਂ ਦਾ 30 40% ਉਹਨਾਂ ਦਾ ਗੈਸ ਦਾ ਖਰਚ ਵੱਧ ਗਿਆ ਬੜਾ ਦੁੱਖ ਲੱਗਦਾ ਆ ਪਰ ਫਿਰ ਵੀ ਜਿਹੜੀਆਂ ਜਿਹਦਾ ਮਰਸੀਡੀਜ਼ ਦੀ ਵੈਨ ਆ ਇਹ ਡੀਜ਼ਲ ਤੇ ਆ ਆ ਬੜੀ ਇਹਦੀ ਫਿਊਲ ਅਕਸਮਪਸ਼ਨ ਬਹੁਤ ਸੋਹਣੀ ਹੈਗੀ ਆ ਇਹਨਾਂ ਤੇ ਵੀ ਅਸਰ ਨਹੀਂ ਪਿਆ ਵੈਸੇ ਪਰ ਮੁਸ਼ਕਲ ਇਹ ਵੀ ਆਈ ਹੋਈ ਆ ਬੇ ਜਿਹੜੀਆਂ ਇਹ ਮਰਸੀਡੀ ਦੀਆਂ ਵੈਨਸ ਵਗੈਰਾ ਹੈਗੀਆਂ ਇਹ ਵੀ ਤਾਂ 1.5 ਸਾਲ ਤੋਂ ਪਹਿਲਾਂ ਨਹੀਂ ਮਿਲ ਰਹੀਆਂ ਬੇਸ਼ੱਕ ਇਹ ਇਲੈਕਟ੍ਰਿਕ ਨਹੀਂ ਹੈ ਪਰ ਡਿਮਾਂਡ ਤੇ ਇਹਨਾਂ ਦੀ ਵੀ ਇੰਨੀ ਖੋਈ ਆ ਭਈ ਹੁਣ ਆਰਡਰ ਪਾ ਦਿਓ ਜੀ ਫੇਰ ਸਾਲਵਾ ਸਾਨੂੰ ਫੋਨ ਕਰਿਓ ਉਦੋਂ ਪਹਿਲਾਂ ਫੋਨ ਨਾ ਕਰਿਓ ਪਲੀਜ਼ ਨਹੀਂ ਤਾਂ ਆਰਡਰ ਨਾ ਦਿਓ ਇਹ ਹਾਲਤ ਹੋਈ ਹੋਈ ਆ ਕਈ ਇਹ ਵੀ ਕਸਟਮਰ ਦੱਸਦੇ ਆ ਵੀ ਉਹ ਕਹਿੰਦੇ ਆਉਣੀ ਡੇਢ ਸਾਲ ਨੂੰ ਪਰ ਗਰੰਟੀ ਉਹਦੀ ਵੀ ਕੋਈ ਨਹੀਂ ਵਿੱਚ ਵਿਚਾਲੇ ਕਹਿ ਸਕਦੇ ਵੀ ਨਹੀਂ ਆਉਣੀ ਹਾਂ ਬਿਲਕੁਲ ਹੁਣ ਕੋਈ ਵੀ ਮੈਨੂਫੈਕਚਰ ਜਿਹੜੇ ਅਸੀਂ ਅਸੀਂ ਵੀ ਆਰਡਰ ਕਰਦੇ ਆ ਆ ਗਰੰਟੀ ਕੋਈ ਵੀ ਮੈਨੂਫੈਕਚਰ ਨਹੀਂ ਲੈ ਰਿਹਾ ਕੋਈ ਵੀ ਡੀਲਰ ਗਰੰਟੀ ਨਹੀਂ ਲੈ ਰਿਹਾ ਉਹ ਕਹਿੰਦੇ ਹਾਂਜੀ ਪਾਜੋ ਦੋ ਤੁਹਾਨੂੰ ਅਸੀਂ ਸਪੈਕ ਬਣਾ ਦੇ ਰਹੇ ਹਾਲਾਂਕਿ ਇੱਥੇ ਤਾਂ ਹੀ ਪ੍ਰਾਈਸ ਦੀ ਵੀ ਗਰੰਟੀ ਨਹੀਂ ਡੀਡਰ ਕਰ ਰਹਾ ਕਿਉਂਕਿ ਉਹ ਉਹਨਾਂ ਨੂੰ ਵੀ ਖਰਚਾ ਆ ਸਾਡੀ ਨੈਚੁਰਲੀਆ ਕੋਸ ਫੈਕਟਰ ਸਾਡੀ ਵੱਜ ਜਾਏਗੀ ਆ ਟਾਈਮ ਦੇ ਨਾਲ ਜਾਂ ਸਪਲਾਈ ਤੇ ਡਿਮਾਂਡ ਕਿਦਾਂ ਕਦੀ ਆ ਸੋ ਅਸੀਂ ਪ੍ਰਾਈਸ ਦੀ ਗਾਰੰਟੀ ਨਹੀਂ ਸਾਨੂੰ ਮਿਲ ਰਹੀ ਸਾਨੂੰ ਡਿਲੀਵਰੀ ਡੇਟ ਨਹੀਂ ਮਿਲ ਰਹੀ ਪੱਕੀ ਆ ਸੋ ਮੱਚ ਕਨਫਿਊਜ਼ਿੰਗ ਆਫ ਥਰ ਤੇ ਜਿਹੜੀ ਇਲੈਕਟ੍ਰਿਕ ਵਹੀਕਲ ਉਹ ਚਲੋ ਬਣਦੇ ਹੀ ਨਹੀਂ ਹੁਣ ਨਵੀਂ ਚੀਜ਼ ਆ ਸ਼ੁਰੂ ਹੋਈ ਆ ਜਿਹੜੀਆਂ ਇਹ ਗੈਸ ਵਾਲੀਆਂ ਦੀ ਵੀ ਗੱਡੀਆਂ ਵੇਟਿੰਗ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਕੀ ਕਾਰਨ ਆ ਇਹ ਇਹ ਜੀ ਕੋਵਿਡ ਕੋ ਬਹੁਤ ਬਹੁਤ ਸਾਰੇ ਮਹੀਨੇ ਮੈਨੂਫੈਕਚਰਜ਼ ਬੰਦ ਰਹੇ ਉੱਧਰ ਜਿਹੜੀ ਨੇਚਰਲੀ ਆ ਉਹ ਚੇਨ ਟੁੱਟ ਗਈ ਕਿਉਂਕਿ ਜੇ ਫੋਰ ਐਗਜ਼ਾਮਪਲ ਕਿਸੇ ਡੀਲਰ ਨੂੰ ਉਹਨਾਂ ਨੇ ਕੋਟਾ ਦਿੱਤਾ ਸੀ ਵੀ ਤੁਸੀਂ 1200 ਗੱਡੀ ਵੇਚਣੀ ਆ ਤੇ ਉਹ ਤਾਂ ਲੱਗੇ ਰਹਿ ਵੇਚਣ ਤੇ ਪਿੱਛੋਂ ਗੱਡੀਆਂ ਆਣੋਂ हट ਗਈਆਂ ਲੋਟਾਂ ਦੀਆਂ ਲੋਟਾਂ ਜਿਸ ਕਾਰਨ ਖਾਲੀ ਪਈਆਂ ਨੇ ਡੀਲਰਸ਼ਿਪਾਂ ਦੇ ਆ ਕਿਤੇ ਉਹ ਮੈਨੂਫੈਕਚਰ ਲੱਭਨੇ ਰਹਾ ਉਹ ਹੋਰ ਮੈਨੂਫੈਕਚਰ ਦੀ ਗੱਡੀ ਲਿਆ ਨਹੀਂ ਸਕਦੇ ਫੋਰ ਐਗਜ਼ਾਮਪਲ Honda ਲਾ ਲਓ ਔਰ Honda ਦੀ ਫਰੈਂਚਾਈਜ਼ੀ ਜੇ ਉਹਨੂੰ Toyota ਦੀਆਂ ਗੱਡੀਆਂ ਮਿਲਦੀਆਂ ਵੀ ਤਾਂ ਉਹ ਲਿਆ ਨਹੀਂ ਸਕਦੇ ਉਹਨਾਂ ਦਾ ਕੰਟਰੈਕਟ ਇਦਾਂ ਦਾ ਆ ਆ ਸੋ ਇਸ ਇਸ ਬੀਇੰਗ ਅ ਡੀਲਰ ਪ੍ਰਿੰਸੀਪਲ ਸਾਡੇ ਲਈ ਵੀ ਇੱਕ ਬੜੀ ਇਹ ਮਤਲਬ ਬੜਾ ਔਖਾ ਜਿਹਾ ਟਾਈਮ ਆ ਕਿਉਂ ਸਾਡੇ ਹੁਣ ਮੈਨੂੰ 45 ਸਾਲ ਹੋ ਗਿਆ ਕਾਰਾਂ ਚਾਹ ਦੇ ਮੇਰੇ ਬੜੇ ਲਾਇਲ ਕਸਟਮਰ ਨੇ 45 ਸਾਲਾਂ ਦੇ ਉਹ ਤੇ ਆ ਕੇ ਇਹ ਕਹਿੰਦੇ ਵਾਟ ਸਾਹਿਬ ਚੰਗੇ ਦਿਨਾਂ 'ਚ ਵੀ ਤੇ ਅੱਜ ਦੇ ਦਿਨਾਂ 'ਚ ਵੀ ਤੇ ਕੋਈ ਆਉਨੇ ਆ ਸਾਨੂੰ ਗੱਡੀ ਆ ਚਾਹੀਦੀ ਸਾਨੂੰ ਲਿਆ ਕੇ ਦੋ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਪਰ ਸਾਨੂੰ ਵੀ ਕਿਤੇ ਨਾ ਕਿਤੇ ਜਾ ਕੇ ਮਾਫੀ ਮੰਗਣੀ ਪੈਂਦੀ ਆ ਵੀ ਭਾਈ ਮੈਂ ਇਹ ਨਹੀਂ ਪੂਰੀ ਕਰ ਸਕਦਾ ਡਿਮਾਂਡ ਤੇ ਨੈਚੁਰਲੀ ਉਹਦੇ ਨਾਲ ਫਿਰ ਬਿジネス ਤੇ ਵੀ ਅਸਰ ਪੈਂਦਾ ਹੈ ਕਿਉਂਕਿ ਚੀਜ਼ ਹੈ ਹੀ ਨਹੀਂ ਸ਼ੈਲਫ ਦੇ ਉੱਤੇ ਤੇ बिकੂਗੀ ਕਿੱਦਾਂ ਸੋ ਇਹ ਬੜੀ ਗੁੰਝਲਦਾਰ ਜੀ ਗੱਲ ਬਣੀ ਹੋਈ ਹੈ ਅੱਜਕੱਲ ਬਹੁਤ ਬਹੁਤ ਸ਼ੁਕਰ ਹੈ ਵਟਸਐਪ ਮਿਹਰਬਾਨੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਮਾਮਲਾ ਜਿਹੜਾ ਬਹੁਤ ਸਧਾਰਨ ਜਿਹਾ ਲੱਗਦਾ ਵੀ ਕਾਰਾਂ ਮਿਲ ਨਹੀਂ ਰਹੀਆਂ ਤੇ ਇਲੈਕਟ੍ਰਿਕ ਵਹੀਕਲ ਜ਼ਿਆਦਾ ਹੋ ਰਿਹਾ ਅਸਲ ਦੇ ਵਿੱਚ ਦੁਨੀਆ ਦੀ ਸਾਰੀ ਜਿਹੜੀ ਪੋਲਿਟਿਕਸ ਆ ਉਹ ਇਹਦੇ ਆਲੇ ਦੁਆਲੇ ਘੁੰਮ ਰਹੀ ਆ ਅਸਵੈਲੇ ਜਿਹੜੀ ਟਰਾਂਜੀਸ਼ਨ ਹੋ ਰਹੀ ਆ ਉਹ ਇਹ ਦੱਸੀ ਜਾ ਰਹੀ ਆ ਕਿਉਂਕਿ ਸਾਰਾ ਰੋਲਾ ਗੋਲਾ ਗੈਸ ਦਾ ਕਰੂਡ ਆਇਲ ਦਾ ਆ ਚਾਹੇ ਉਹ ਯੂਕਰੇਨ ਤੇ ਰੂਸ ਦਾ ਯੁੱਧ ਆ ਤੇ ਕਿਹਾ ਇਹ ਜਾ ਰਿਹਾ ਕਿ ਇਹਦੀ ਡਿਮਾਂਡ ਘਟਾ ਦਿਓ ਡਿਮਾਂਡ ਘਟਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਗੈਸ ਦੀ ਵਰਤੋਂ ਬੰਦ ਹੋ ਜਵੇ ਤੇ ਇਲੈਕਟ੍ਰਿਕ ਵਹੀਕਲਸ ਆ ਜਾਣ ਸੋ ਜਦੋਂ ਇਹ ਵਹੀਕਲਸ ਜਿਹੜੇ ਕਿ 2026 ਤੱਕ ਦੱਸਦੇ ਆ ਕਿ ਡਿਮਾਂਡ ਪੂਰੀ ਹੋਣੀ ਆ ਆ ਜਾਣਗੇ ਉਹਦੇ ਤੋਂ ਬਾਅਦ ਵੱਡੀ ਤਬਦੀਲੀ ਦੁਨੀਆ ਦੇ ਰਾਜਨੀਤੀ ਦੇ ਉੱਤੇ ਵੀ ਇਹਦੇ ਨਾਲ ਆਉਣ ਦੀ ਆਸ ਆ ਪਰ ਇਸ ਵੇਲੇ ਆਮ ਵਿਅਕਤੀ ਨੂੰ ਬਹੁਤ ਵੱਡੀ ਸਮੱਸਿਆ ਇਹਨਾਂ ਕਾਰਾਂ ਦੀ ਸ਼ਾਰਟੇਜ ਨਾਲ ਉਹਦਾ ਸਾਹਮਣਾ ਕਰਨਾ ਪੈ ਰਿਹਾ ਕੈਮਰਾਮੈਨ ਅਮਿਤ ਪੁਨੇਸਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ